ਸਤਿ ਸ੍ਰੀ ਅਕਾਲ ਨਮਸਕਾਰ ਵੈਲਕਮ ਟੂ ਆਲ ਵੈਲਕਮ ਟੂ ਪੰਜਾਬ 247 ਤੋ ਜਲਦੀ ਜਲਦੀ ਲਾਈਵ ਹੋ ਜਾਓ ਅ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਜਿਹੜੀ ਆਪਾਂ ਸੀਰੀਜ਼ ਚਲਾਈ ਹੋਈ ਹੈ ਦੈਟ ਇਜ਼ ਨੋ ਯੂਰ ਡਿਸਟ੍ਰਿਕਟ ਤੋ ਪੰਜਾਬ ਦੇ ਸਾਰੇ ਡਿਸਟ੍ਰਿਕਟ ਇਹਦੇ ਵਿੱਚ ਕਵਰ ਕੀਤੇ ਜਾਣਗੇ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਕਾਦੇ ਵਾਸਤੇ ਮਸ਼ਹੂਰ ਹੈ ਉੱਥੇ ਕਿਹੜੀਆਂ ਜੜੀਆਂ ਨਵੀਂ-ਨਵੀਂ ਚੀਜ਼ਾਂ ਨੇ ਤੋ ਇਹ ਸਾਰੇ ਬਾਰੇ ਇੱਕ ਗੱਲਬਾਤ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਤਰਨਤਾਰਨ ਦੀ ओके okay. चलो सेशन नु शुरू ਕਰਦੇ ਆ ਇੱਕ ਵਾਰੀ ਅਗਰ ਤੁਸੀਂ ਹਾਲੇ ਤੱਕ ਸੈਸ਼ਨ ਨੂੰ ਲਾਈਕ ਨਹੀਂ ਕੀਤਾ ਹੋਇਆ ਤੇ ਲਾਈਕ ਕਰ ਦਿਓ ਅਗਰ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਸ਼ੇਅਰ ਕਰ ਦਿਓ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਗੁੱਡ ਈਵਨਿੰਗ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਚਲੋ ਕਲਾਸ ਨੂੰ ਸ਼ੁਰੂ ਕਰਦੇ ਆ ਤੋ ਸਾਰਿਆਂ ਨੂੰ ਪਹਿਲਾਂ ਆਪਾਂ ਪੰਜਾਬ ਦੇ ਨਕਸ਼ੇ ਨੂੰ ਜਰਾ ਚੰਗੀ ਤਰ੍ਹਾਂ ਪੜ ਲਈਏ ਕੱਲ ਆਪਾਂ ਕੀਤਾ ਸੀਗਾ ਅੰਮ੍ਰਿਤਸਰ ਠੀਕ ਹੈ ਤੋ ਕੱਲ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀਗਾ ओके ਤੇ ਅੱਜ ਆਪਾਂ ਕਰਾਂਗੇ ਤਰਨਤਾਰਨ ਠੀਕ ਹੈ ਅੱਜ ਆਪਾਂ ਕੀ ਕਰਾਂਗੇ ਤਰਨਤਾਰਨ ਕਲੀਅਰ ਓਕੇ ਕਲਾਸ ਨੂੰ ਇੱਕ ਸੈਕਿੰਡ ਲਈ ਮੈਨੂੰ ਜਿਹੜਾ ਸਹੀ ਕਰਨਾ ਪਏਗਾ ਇੱਕ ਸੈਕਿੰਡ ਚਲੋ ਤਾਂ ਕੱਲ ਅੰਮ੍ਰਿਤਸਰ ਕੀਤਾ ਸੀ ਅੱਜ ਆਪਾਂ ਕਰ ਰਹੇ ਹਾਂ ਤਰਨਤਾਰਨ ਤਰਨਤਾਰਨ ਜਿਹੜਾ ਕਿ ਪਹਿਲਾ ਡਿਸਟ੍ਰਿਕਟ ਨਹੀਂ ਸੀਗਾ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਤਰਨਤਾਰਨ ਉਸ ਸਮੇਂ ਆਪਾਂ ਕਹੀਏ ਤੇ ਇਟ ਵਾਸ ਨੋਟ ਦਾ ਡਿਸਟ੍ਰਿਕਟ ਠੀਕ ਹੈ ਤੇ ਤਰਨਤਾਰਨ ਇੱਕ ਪਹਿਲਾਂ ਤਹਿਸੀਲ ਸੀਗਾ ਬਟ 2006 ਦੇ ਵਿੱਚ ਇਹਨੂੰ ਡਿਸਟ੍ਰਿਕਟ ਬਣਾ ਦਿੱਤਾ ਗਿਆ। ਤੋਂ ਤਰਨਤਾਰਨ ਬਾਰੇ ਅੱਜ ਆਪਾਂ ਕੁਝ ਗੱਲਾਂ ਕਰਾਂਗੇ। ਤੋਂ ਸਾਰਿਆਂ ਨੂੰ ਪਹਿਲਾਂ ਆਪਾਂ ਦੇਖਦੇ ਹਾਂ ਇਹ ਤਾਂ ਇੱਕ ਤਾਂ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਸ਼ੇਅਰ ਹੋ ਰਿਹਾ। ਇੱਕ ਜਿਹੜਾ ਅੰਮ੍ਰਿਤਸਰ ਇਹਦੇ ਨਾਰਥ ਤੇ ਆ ਔਰ ਇੱਕ ਕਪੂਰਥਲਾ ਦਾ ਬਾਰਡਰ ਸ਼ੇਅਰ ਹੋ ਰਿਹਾ ਜਿਹੜਾ ਕੀ ਈਸਟ ਵਾਲੀ ਸਾਈਡ ਹੈ ਔਰ ਸਾਊਥ ਵਾਲੀ ਸਾਈਡ ਹੈਗਾ ਫਿਰੋਜ਼ਪੁਰ। ਤੋਂ ਤਰਨਤਾਰਨ ਕਿੰਨੇ ਬਾਰਡਰ ਸ਼ੇਅਰ ਕਰ ਰਿਹਾ ਤਰਨਤਾਰਨ ਜਿਹੜੇ ਤਿੰਨ ਡਿਸਟ੍ਰਿਕਟ ਇੱਕ ਇੰਟਰਨੈਸ਼ਨਲ ਬਾਰਡਰ ਤੋਂ ਤਰਨਤਾਰਨ ਦੀ ਆਪਾਂ ਗੱਲ ਕਰੀਏ। ਠੀਕ ਹੈ। ਤਰਨਤਾਰਨ ਤਿੰਨ ਸਟੇਟ ਬਾਰਡਰ ਆ ਸੋਰੀ ਡਿਸਟ੍ਰਿਕਟ ਬਾਰਡਰ ਨਾਟ ਸਟੇਟ ਬਾਰਡਰ ਠੀਕ ਹੈ ਤਿੰਨੇ ਡਿਸਟ੍ਰਿਕਟ ਬਾਰਡਰ ਇੱਕ ਇੰਟਰਨੈਸ਼ਨਲ ਬਾਰਡਰ ਠੀਕ ਹੈ ਇੱਕ ਇੰਟਰਨੈਸ਼ਨਲ ਬਾਰਡਰ ਜਿਹੜਾ ਸ਼ੇਅਰ ਕਰ ਰਿਆ ਓਕੇ ਹੁਣ ਆਪਾਂ ਅੱਗੇ ਚੱਲਣਾ ਸ਼ੁਰੂ ਕਰਦੇ ਆ ਠੀਕ ਹੈ ਨੈਕਸਟ ਆਪਾਂ ਚੱਲਣਾ ਸ਼ੁਰੂ ਕਰਦੇ ਆ ਤਾਂ ਅੱਗੇ ਆਪਾਂ ਤਰਨਤਾਰਨ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਫੋਟੋਸ ਜਿਹੜੀਆਂ ਪਾਈਆਂ ਹੋਈਆਂ ਨੇ ਠੀਕ ਹੈ ਇਹਦੇ ਬਾਰੇ ਹੁਣ ਆਪਾਂ ਸਾਰੀਆਂ ਗੱਲ ਕਰਾਂਗੇ ਤਰਨਤਾਰਨ ਬਹੁਤ ਜ਼ਿਆਦਾ ਮਸ਼ਹੂਰ ਹੈ ਹਰੀਕੇ ਪਤਨ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਗੁਰਦੁਆਰਾ ਫਿਰ ਗੋਇੰਦਵਾਲ ਸਾਹਿਬ ਦਾ ਗੁਰਦੁਆਰਾ ਖਡੂਰ ਸਾਹਿਬ ਆ ਉਹ ਵੀ ਤਰਨਤਾਰਨ ਦੇ ਵਿੱਚ ਪੈਂਦਾ ਹੈ ਤੋਂ ਇਸ ਕਰਕੇ ਕਰਨ ਤਰਨਤਾਰਨ ਜਿਹੜਾ ਇਹਨੂੰ ਲੈਂਡ ਆਫ ਗੁਰਦੁਆਰਸ ਵੀ ਕਿਹਾ ਜਾਂਦਾ ਬਹੁਤ ਸਾਰੇ ਗੁਰਦੁਆਰੇ ਤਰਨਤਾਰਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਔਰ ਥੀਸ ਗੁਰਦੁਆਰਸ ਆਰ ਵੈਰੀ ਇੰਪੋਰਟੈਂਟ ਇੱਕ ਤਾਂ ਇੱਕ ਤਾਂ ਸਿੱਖੀਜ਼ਮ ਦਾ ਮੋਡ ਹੈ ਜਿਹੜਾ ਉਹਨੂੰ ਵੀ ਕਿਹਾ ਜਾਂਦਾ ਕਿਉਂਕਿ ਆਪਾਂ ਜੀ ਗੱਲ ਕਰੀਏ ਕਿ ਗੁਰੂ ਅੰਗਦ ਦੇਵ ਜੀ ਉਹਨਾਂ ਨੇ ਤਰਨਤਾਰਨ ਦੇ ਵਿੱਚ ਜਿਹੜਾ ਖਡੂਰ ਸਾਹਿਬ ਵਸਾਇਆ ਗੁਰੂ ਅਮਰਦਾਸ ਜੀ ਗੱਲ ਕਰੀਏ ਜਿਹੜਾ ਗੋਇੰਦਵਾਲ ਸਾਹਿਬ ਜਿਹੜਾ ਵਸਾਇਆ ਸੀਗਾ ਜਿਹੜੀ ਫਾਊਂਡੇਸ਼ਨ ਕੀਤੀ ਸੀ ਸਥਾਪਨਾ ਕੀਤੀ ਸੀ ਉਹ ਤਰਨਤਾਰਨ ਦੇ ਵਿੱਚ ਹੈ ਠੀਕ ਹੈ ਤੇ ਹੁਣ ਆਪਾਂ ਟਰਨ ਬਾਏ ਟਰਨ ਗੱਲ ਕਰਦੇ ਹਾਂ ਤੋਂ ਤਰਨਤਾਰਨ ਕਿੰਨੇ ਤਰਨਤਾਰਨ ਦੀ ਜਿਹੜੀ ਫਾਊਂਡੇਸ਼ਨ ਆ ਉਹ ਕਿੰਨੇ ਰੱਖੀ ਠੀਕ ਹੈ ਉਹਨੇ ਤੇ ਅਨੇ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਦੀ ਫਾਊਂਡੇਸ਼ਨ ਰੱਖੀ ਸੀ ਓਕੇ ਤੋਂ ਤਰਨਤਾਰਨ ਦੀ ਫਾਊਂਡੇਸ਼ਨ ਅੱਗੇ ਚੱਲਣ ਤੋਂ ਪਹਿਲਾਂ ਤਰਨਤਾਰਨ ਦੀ ਥੋੜੀ ਜਿਹੀ ਜੀਓਗ੍ਰਾਫੀ ਬਾਰੇ ਡਿਸਕਸ ਕਰਦੇ ਹਾਂ ਤਾਂ ਜਿਵੇਂ ਕਿ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਤਰਨਤਾਰਨ ਜਿਹੜਾ ਕਪੂਰਥਲਾ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਨਾਲ ਜਿਹੜਾ ਇਹ ਜਿਹੜਾ ਇਹ ਡਿਸਟ੍ਰਿਕਟਾਂ ਦੇ ਨਾਲ ਇਹ ਵਾਲੀਆਂ ਡਿਸਟ੍ਰਿਕਟਾਂ ਦੇ ਨਾਲ ਜਿਹੜਾ ਬਾਰਡਰ ਸ਼ੇਅਰ ਕਰਦਾ ਜੇ ਤਰਨਤਾਰਨ ਦਾ ਆਪਾਂ ਅੰਦਰਲਾ ਹਿੱਸਾ ਵੇਖੀ ਆਹ ਵਾਲਾ ਹਿੱਸਾ ਇਹ ਸਾਰਾ ਹੈਗਾ ਤਰਨਤਾਰਨ ਇਹਦੇ ਵਿੱਚ ਤਰਨਤਾਰਨ ਜਿਹੜੀ ਮੇਨ ਸਿਟੀ ਹੈ ਉਹਦੀ ਈਸਟ ਸਾਈਡ ਤੇ ਖਡੂਰ ਸਾਹਿਬ ਹੈ ਤੇ ਈਸ ਸਾਈਡ ਤੇ ਹੈਗਾ ਪੱਟੀ ਠੀਕ ਹੈ ਈਸ ਸਾਈਡ ਤੇ ਹੈਗਾ ਪੱਟੀ ਓਕੇ ਹੁਣ ਆਪਾਂ ਨੈਕਸਟ ਜਦੋਂ ਜੋ ਆਪਾਂ ਚਲਾਂਗੇ ਆਪਾਂ ਦੇਖਾਂਗੇ ਤਰਨਤਾਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈ ਸਾਰੇ ਨਾਲੋਂ ਪਹਿਲਾਂ ਪਹਿਲਾਂ ਕੀ ਤਰਨਤਾਰਨ ਕਿਹੜੇ ਰੀਜਨ ਦੇ ਵਿੱਚ ਪੈ ਗਿਆ ਮਾਝੇ ਦੇ ਵਿੱਚ ਪੈ ਗਿਆ ਮਾਝਾ ਬਲੋਕ ਠੀਕ ਹੈ ਮਾਝਾ ਬਲੋਕ ਤਰਨਤਾਰਨ ਠੀਕ ਹੈ ਉਹ ਗਾਣੇ ਦੇ ਵਿੱਚ ਵੀ ਆਂਦਾ ਤਰਨਤਾਰਨਦਾ ਹੈਨਾ ਤੋਂ ਮਾਝਾ ਬਲੋਕ ਆ ਗਿਆ ਜੇ ਡਿਵੀਜ਼ਨ ਦੀ ਗੱਲ ਕਰੀਏ ਆ ਕਿਸ ਡਿਵੀਜ਼ਨ ਦੇ ਵਿੱਚ ਪਊਗਾ ਡਿਵੀਜ਼ਨ ਦੀ ਗੱਲ ਕਰੀਏ ਡਿਵੀਜ਼ਨ ਕਿਹੜੀ ਦੇ ਵਿੱਚ ਹੋਏਗਾ ਜਲੰਧਰ ਡਿਵੀਜ਼ਨ ਦੇ ਵਿੱਚ ਤਰਨਤਾਰਨ ਆ ਠੀਕ ਹੈ ਜਲੰਧਰ ਡਿਵੀਜ਼ਨ ਦੇ ਵਿੱਚ ਤਰਨਤਾਰਨ ਆ ਕੱਲ ਅੰਮ੍ਰਿਤਸਰ ਕਰਵਾਇਆ ਸੀ ਉਹ ਵੀ ਜਲੰਧਰ ਡਿਵੀਜ਼ਨ ਦੇ ਵਿੱਚ ਸੀਗਾ ਅੱਜ ਤਰਨਤਾਰਨ ਕਰਵਾ ਰਹੇ ਆ ਉਹ ਵੀ ਜਲੰਧਰ ਡਿਵੀਜ਼ਨ ਦੇ ਵਿੱਚ ਹੈ ਤੋਂ ਪਹਿਲਾਂ ਆਪਾਂ ਸਾਰੇ ਜਲੰਧਰ ਡਿਵੀਜ਼ਨ ਵਾਲੇ ਹੀ ਜਿਹੜੇ ਡਿਸਟ੍ਰਿਕਟ ਆ ਉਹ ਆਪਾਂ ਕਵਰ ਕਰਨੇ ਆ ਠੀਕ ਹੈ ਸਾਰੇ ਪਹਿਲਾਂ ਜਿਹੜੇ ਜਲੰਧਰ ਡਿਵੀਜ਼ਨ ਦੇ ਵਿੱਚ ਜਿਹੜੇ ਡਿਸਟ੍ਰਿਕਟ ਆਉਂਦੇ ਆ ਸਾਰੇ ਉਹ ਕਵਰ ਕਰਾਂਗੇ ਮਾਝਾ ਰੀਜ਼ਨ ਦੇ ਵਿੱਚ ਪੈ ਗਿਆ ਮਾਝਾ ਬਲੌਕ ਦੇ ਵਿੱਚ ਆ ਗਿਆ ਤਰਨਤਾਰਨ ਦੂਸਰੀ ਗੱਲ ਹੈ ਕਿ ਇੱਥੇ ਮਿਊਨਿਸਪਲ ਕਾਉਂਸਿਲ ਹੈ ਕਾਰਪੋਰੇਸ਼ਨ ਨਹੀਂ ਹੈਗੀ ਪੰਜਾਬ ਦੀ ਟੋਟਲ ਕਾਰਪੋਰੇਸ਼ਨਾਂ ਕਿੰਨੀਆਂ ਨੇ 13 ਪਹਿਲਾਂ ਕਿੰਨੀਆਂ ਸੀ 10 ਹੁਣ ਕਿੰਨੀਆਂ ਨੇ 13 10 ਤੇ 13 ਦੇ ਵਿੱਚ ਕਨਫਿਊਜ਼ ਨਾ ਹੋ ਜਾਈਓ ਅਗਰ ਪੇਪਰ ਦੇ ਵਿੱਚ ਆ ਗਿਆ ਕਿਤੇ ਗਲਤੀ ਨਾ ਖਾ ਜਾਣਾ ਕਲੀਅਰ ਹੁਣ ਅੱਗੇ ਆਪਾਂ ਗੱਲ ਕਰਦੇ ਆ ਗੁਰਦੁਆਰਾ ਤਰਨਤਾਰਨ ਸਾਹਿਬ ਹੈ ਜਿਹੜਾ ਇਹ ਇੱਕ ਸੈਂਟਰਲ ਪਾਰਟ ਹੈ ਪੂਰੇ ਸ਼ਹਿਰ ਦਾ ਠੀਕ ਹੈ ਕਿਉਂਕਿ ਸੈਂਟਰ ਦੇ ਵਿੱਚ ਗੁਰਦੁਆਰਾ ਸੀ ਉਹਦੇ ਆਲੇ-ਦੁਆਲੇ ਜਿਹੜਾ ਸ਼ਹਿਰ ਵਸਣਾ ਸ਼ੁਰੂ ਹੋ ਗਿਆ ਹਮੇਸ਼ਾ ਹੁੰਦਾ ਵੀ ਇਸ ਤਰ੍ਹਾਂ ਹੀ ਹੈ ਕਿ ਕਿ ਜਦੋਂ ਕਿਸੇ ਚੀਜ਼ ਦੀ ਫਾਊਂਡੇਸ਼ਨ ਹੁੰਦੀ ਹੈ ਤੇ ਆਲੇ-ਦੁਆਲੇ ਜਿਹੜੀ ਹੈ ਉਹਦੇ ਬਾਅਦ ਪਾਪੂਲੇਸ਼ਨ ਜਿਹੜੀ ਵਧਣੀ ਸ਼ੁਰੂ ਹੋ ਜਾਂਦੀ ਆ ਕਲੀਅਰ ਸਰ ਨੋਟੀਫਿਕੇਸ਼ਨ ਨਹੀਂ ਆਉਂਦਾ ਕਲਾਸ ਦਾ ਅੱਛਾ ਚਲੋ ਆ ਚੈੱਕ ਕਰਵਾਨੇ ਆ ਨੋਟੀਫਿਕੇਸ਼ਨ ਵੈਸੇ 5 ਵਜੇ ਦਿੱਲੀ ਕਲਾਸ ਹੁੰਦੀ ਆ 2-4 ਮਿੰਟ ਉੱਪਰ ਥੱਲੇ ਹੋ ਜਾਂਦਾ ਠੀਕ ਹੈ ओके नोटिफिकेशन आज ਦੇਖਾਂਗੇ नोटिफिकेशन ਕਿਉਂ ਨਹੀਂ ਆਦਾ ਆਣਾ ਚਾਹੀਦਾ ਹੈ नोटिफिकेशन ਤੇ ਚਲੋ ਅੱਗੇ ਚੱਲਦੇ ਆਪਾਂ ਸਾਰਿਆਂ ਨੂੰ ਪਹਿਲਾਂ ਇਹ ਸਿਟੀ ਕਿਹਦੇ ਦੁਆਰਾ ਫਾਊਂਡ ਕੀਤਾ ਗਿਆ ਪੰਜਵੇਂ ਗੁਰੂ ਗੁਰੂ ਸਾਈਬਾਨ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਤਰਨਤਾਰਨ ਸਾਹਿਬ ਦੀ ਫਾਊਂਡੇਸ਼ਨ ਕੀਤੀ ਗਈ ਤੋਂ ਤਰਨਤਾਰਨ ਤਰਨਤਾਰਨ ਸਾਹਿਬ ਵਾਸ ਫਾਊਂਡੇਡ ਬਾਈ ਦਾ 5th ਗੁਰੂ ਗੁਰੂ ਅਰਜਨ ਦੇਵ ਜੀ ਠੀਕ ਹੈ ਗੁਰੂ ਅਰਜਨ ਦੇਵ ਜੀ ਜਿਹੜੇ ਕਿ 1606 ਦੇ ਵਿੱਚ ਜਿਹੜੇ ਪਹਿਲੇ ਗੁਰੂ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਉਹ ਕੌਣ ਸੀ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਕਦੋਂ ਕੀਤੀ ਸੀ 1606 1606 ਦੇ ਵਿੱਚ ਕਲੀਅਰ ਓਕੇ ਅਗਲੇ ਕੁਐਸਚਨ ਤੇ ਆਨੇ ਆ ਕਿ ਇਹਦੀ ਫਾਊਂਡੇਸ਼ਨ ਕਦੋਂ ਕੀਤੀ ਗਈ ਤਰਨਤਾਰਨ ਸਾਹਿਬ ਦੀ ਫਾਊਂਡੇਸ਼ਨ ਕਦੋਂ ਕੀਤੀ ਗਈ ਇਸ ਸਿਟੀ ਦੀ ਫਾਊਂਡੇਸ਼ਨ 1596 ਦੇ ਵਿੱਚ ਕੀਤੀ ਗਈ 1596 ਦੇ ਵਿੱਚ ਇਸ ਸਿਟੀ ਦੀ ਫਾਊਂਡੇਸ਼ਨ ਕੀਤੀ ਗਈ ਠੀਕ ਹੈ ਕਲੀਅਰ 1596 ਦੇ ਵਿੱਚ ਇਸ ਸਿਟੀ ਦੀ ਫਾਊਂਡੇਸ਼ਨ ਕੀਤੀ ਗਈ ਆ ਸਿਟੀ ਨੂੰ ਫਾਊਂਡ ਕਰਨ ਦਾ ਜਿਹੜਾ ਗੁਰੂ ਸਾਹਿਬਾਨ ਜੀ ਦਾ ਜਿਹੜਾ ਉਦੇਸ਼ ਸੀਗਾ ਉਹ ਕੀ ਸੀਗਾ ਲੋਕਾਂ ਦੀ ਭਲਾਈ ਲੋਕਾਂ ਲਈ ਵੈਲਫੇਅਰ ਦਾ ਕੰਮ ਕਰਨਾ ਤੋਂ ਇਹਦਾ ਜਿਹੜਾ ਇਹਦਾ ਜਿਹੜਾ ਮੇਨ ਉਦੇਸ਼ ਜਿਹੜਾ ਸੀਗਾ ਜਿਸ ਮਤਲਬ ਏਮ ਦੇ ਨਾਲ ਇਹ ਸਿਟੀ ਜਿਹੜੀ ਫਾਊਂਡ ਕੀਤੀ ਗਈ ਕਿ ਇੱਥੇ ਰਹਿ ਕੇ ਇੱਕ ਇਹੋ ਜਿਹਾ ਸੈਂਟਰ ਖੋਲਣਾ ਜਿਹੜਾ ਕਿ ਲੋਕਾਂ ਦੀ ਵੈਲਫੇਅਰ ਲੋਕ ਭਲਾਈ ਲਈ ਜਿਹੜਾ ਕੰਮ ਕੀਤਾ ਜਾ ਸਕੇ ਠੀਕ ਹੈ ਤੇ ਉਹ ਜਦੋਂ ਉੱਥੇ ਲੋਕਾਂ ਦੇ ਵੈਲਫੇਅਰ ਲਈ ਤਰਨਤਾਰਨ ਸਾਹਿਬ ਗੁਰਦੁਆਰਾ ਜਿਹੜਾ ਉਹ ਬਣਾ ਦਿੱਤਾ ਗਿਆ। ਕਲੀਅਰ? ਅੱਗੇ ਆਪਾਂ ਚੱਲਦੇ ਹਾਂ। ਤਰਨਤਾਰਨ ਸਾਹਿਬ ਜਿਹੜਾ ਏਰੀਆ ਹੈਗਾ ਆ ਜਿਹੜਾ ਪਾਰਟ ਹੈ ਕਿਸੇ ਟਾਈਮ ਤੇ ਪੰਗੀ ਮਿਸਲ ਦੇ ਸਰਦਾਰਾਂ ਦੇ ਅੰਡਰ ਆਂਦਾ ਹੁੰਦਾ ਸੀ। ਠੀਕ ਹੈ? ਉਹਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਸੀ। ਪੰਗੀ ਮਿਸਲ ਦੇ ਸਰਦਾਰਾਂ ਦੇ ਰੂਲ ਦੇ ਅੰਡਰ ਜਿਹੜਾ ਤਰਨਤਾਰਨ ਸਾਹਿਬ ਹੈ ਰਹਿ ਚੁੱਕਿਆ ਹੋਇਆ ਯਾਨੀ ਤਰਨਤਾਰਨ ਜਿਹੜਾ ਉਹਦੇ ਤੇ ਜਿਹੜਾ ਰੂਲ ਸੀਗਾ ਕਿਤੇ ਸੀਗਾ ਪੰਗੀ ਮਿਸਲ ਦੇ ਸਰਦਾਰ ਦਾ ਤੋ ਪੰਗੀ ਮਿਸਲ ਜਸਰਦਾਰ ਅੰਦਾਸੀਆ ਠੀਕ ਹੈ ਤੋਂ ਇਹ ਮੈਂ ਤੁਹਾਨੂੰ ਮਿਸਲ ਦੇ ਵਿੱਚ ਸਾਰਾ ਕੁਝ ਕਰਵਾਇਆ ਵੀ ਹੋਇਆ ਠੀਕ ਹੈ ਸਾਰਾ ਕੁਝ ਕਰਵਾਇਆ ਵੀ ਹੋਇਆ ਤੇ ਦੂਸਰੀ ਗੱਲ ਹੈ ਕਿ ਕਲੈਨ ਜਿਹੜੀ ਹੈ ਦੈਟ ਇਜ਼ ਅ ਢਿੱਲੋ ਕਲੈਨ ਓਕੇ ਢਿੱਲੋ ਕਲੈਨ ਹੁਣ ਜਲਦੀ ਜਲਦੀ ਤੁਸੀਂ ਮੈਨੂੰ ਆਨਸਰ ਦੱਸਣਾ ਹੈ ਕਿ ਹੂ ਵਾਸ ਦਾ ਫਾਊਂਡਰ ਆਫ ਦਾ ਬੰਗੀ ਮਿਸਲ ਹੂ ਵਾਸ ਦਾ ਫਾਊਂਡਰ ਆਫ ਬੰਗੀ ਮਿਸਲ ਜਲਦੀ ਜਲਦੀ ਆਨਸਰ ਜਿਹੜਾ ਮੈਨੂੰ ਕਰਕੇ ਦੱਸਣਾ ਫਾਸਟ ਆਨਸਰ ਦੱਸਣਾ ਦੇਖਦੇ ਆ ਇਹਦਾ ਆਨਸਰ ਕੋਣ ਦਿੰਦਾ ਬਹੁਤ ਵਰੀਆ ਕੁਐਸਚਨ ਮੈਂ ਕਰਵਾ ਚੁੱਕਿਆ ਮਿਸਲਾਂ ਬਾਰੇ ਪੂਰੀ ਕੱਲੀ ਕੱਲੀ ਚੀਜ਼ ਕਰਵਾਈ ਸੀ ਕਨਈਆ ਮਿਸਲ ਠੀਕ ਹੈ ਸੂਕਰ ਚੱਕੀਆ ਮਿਸਲ ਜੱਸਾ ਸਿੰਘ ਅਹਲੂਵਾਲੀਆ ਮਿਸਲ ਜੱਸਾ ਸਿੰਘ ਰਾਮਗੜੀਆ ਮਿਸਲ ਕਲੀਅਰ ਫੈਜ਼ਲਪੁਰੀਆ ਮਿਸਲ ਤੋਂ ਸਾਰੀਆਂ ਮਿਸਲਾਂ ਜਿਹੜੀਆਂ ਉੱਥੇ ਉਦੋਂ ਕਰਵਾਈਆਂ ਸੀਗੀਆਂ ਮੈਂ ਤੁਸੀਂ ਜਲਦੀ ਜਲਦੀ ਆਨਸਰ ਕਰ ਦਿਓ ਕਿ ਪੰਗੀ ਮਿਸਲ ਦਾ ਹੂ ਵਾਸ ਦਾ ਫਾਊਂਡਰ ਆਫ ਦਾ ਪੰਗੀ ਮਿਸਲ ਜਲਦੀ ਇਹਦਾ ਆਨਸਰ ਤੁਹਾਨੂੰ ਹੀ ਕਰਨੇ ਪੈਣਾ ਹੈ ਠੀਕ ਹੈ ਯਾ ਕਮੈਂਟ ਦੇ ਵਿੱਚ ਜਿਹੜਾ ਸੈਕਸ਼ਨ ਦੇ ਵਿੱਚ ਆਨਸਰ ਕਰਕੇ ਕਮੈਂਟ ਕਰ ਦਿਓ ਕਲੀਅਰ ਗੁੱਡ ਇਵਨਿੰਗ ਜੀ ਆਨਸਰ ਆਨੇ ਸ਼ੁਰੂ ਹੋ ਗਿਆ ਬਹੁਤ ਬੱਚਾ ਦੇ ਦੇਖਦੇ ਹੁਣ ਕੌਣ ਕੌਣ ਆਨਸਰ ਸਹੀ ਕਰਦਾ 1706 ਤੋਂ ਲੈ ਕੇ 1810 ਤੱਕ ਜਿਹੜਾ ਰੂਲ ਇੱਥੇ ਪੰਗੀ ਮਿਸਲ ਸਰਦਾਰਾਂ ਦਾ ਜਿਹੜਾ ਰੂਲ ਰਿਹਾ ਸੀ ਉਹਦੇ ਬਾਅਦ ਆਪਾਂ ਗੱਲ ਕਰਦੇ ਆ ਮੇਨ ਤਰਨ ਤਰਨ ਦਾ ਇਕਨੋਮੀ ਦੀ ਗੱਲ ਕਰਦੇ ਆ ਕਿ ਇੱਥੇ ਹੈ ਕੀ ਹੈ ਇਸ ਦਾ ਇੱਕ ਤਾਂ ਐਗਰੀਕਲਚਰ ਐਗਰੀਕਲਚਰ ਤੇ ਜੇ ਆਪਾਂ ਸੋਇਲ ਦੀ ਗੱਲ ਕਰੀਏ ਨਾ ਤੋਂ ਸੋਇਲ ਦੇ ਵਿੱਚ ਇੱਥੇ ਜੇ ਆਪਾਂ ਗੱਲ ਕਰੀਏ ਇੱਥੇ ਤੁਹਾਨੂੰ ਜਿਹੜੇ ਕ੍ਰੈਸ਼ਰ ਜ਼ਿਆਦਾ ਦੇਖ ਨੂੰ ਮਿਲਦੇ ਆ ਸੋਇਲ ਜਿਹੜੀ ਥੋੜੀ ਇੱਥੋਂ ਦੀ ਜਿਹੜੀ ਹੈ ਇਨਫਰਟ ਇਨਫਰਟਾਈਲ ਹੈਗੀ ਆ ਠੀਕ ਹੈ ਬਟ ਕਾਫੀ ਏਰੀਆ ਜਿਹੜਾ ਉਹ ਫਰਟਾਈਲ ਵੀ ਹੈਗਾ ਤੇ ਐਗਰੀਕਲਚਰ ਇੱਥੋਂ ਦਾ ਮੇਨ ਓਕਿਊਪੇਸ਼ਨ ਹੈ ਔਰ ਇਹਦੇ ਨਾਲ ਨਾਲ ਐਗਰੋ ਇੰਡਸਟਰੀ ਤੁਹਾਨੂੰ ਐਗਰੋ ਇੰਡਸਟਰੀ ਜਾਨੀ ਐਗਰੀਕਲਚਰ ਪ੍ਰੋਡਿਊਸ ਨੂੰ ਜਦੋਂ ਪ੍ਰੋਸੈਸ ਕੀਤਾ ਜਾਂਦਾ ਉਹਨੂੰ ਕਹੇ ਦਿੰਦੇ ਨੇ ਐਗਰੋ ਇੰਡਸਟਰੀਆਂ ਤੁਹਾਨੂੰ ਇੱਥੇ ਦੇਖ ਨੂੰ ਮਿਲਦੀਆਂ ਤਰਨਤਾਰਨ ਡਿਸਟ੍ਰਿਕਟ 2006 ਦੇ ਵਿੱਚ ਬਣਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕੈਪਟ ਠੀਕ ਹੈ 2006 ਦੇ ਵਿੱਚ ਡਿਸਟ੍ਰਿਕਟ ਬਣੇ ਕਿਸ ਦੇ ਦੁਆਰਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਦੁਆਰਾ ਔਰ ਇਹ ਬਣ ਗਿਆ 19ਵਾਂ ਡਿਸਟ੍ਰਿਕਟ ਅੱਜ ਦੀ ਗੱਲ ਕਰੀਏ ਅੱਜ ਪੰਜਾਬ ਦੇ ਹੈਗੇ ਨੇ 23 ਡਿਸਟ੍ਰਿਕਟ ਨਵਾਂ ਜਿਹੜਾ ਡਿਸਟ੍ਰਿਕਟ ਬਣਿਆ ਉਹ ਹੈਗਾ ਮਲੇਰਕੋਟਲਾ ਮਲੇਰਕੋਟਲਾ ਕਿੱਥੋਂ ਕੱਢਿਆ ਗਿਆ ਕਿਹੜੀ ਡਿਵੀਜ਼ਨ ਚੋਂ ਕੱਢਿਆ ਗਿਆ ਹਾਂਜੀ ਕਿਹੜੀ ਡਿਵੀਜ਼ਨ ਚੋਂ ਕੱਢਿਆ ਗਿਆ ਮਲੇਰਕੋਟਲਾ ਪਟਿਆਲਾ ਡਿਵੀਜ਼ਨ ਦੇ ਵਿੱਚੋਂ ਔਰ ਕਿਹੜੀ ਡਿਵੀਜ਼ਨ ਚ ਪਟਿਆਲਾ ਡਿਵੀਜ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਹੜੀ ਡਿਸਟ੍ਰਿਕਟ ਮਲੇਰਕੋਟਲਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਓਕੇ ਹੁਣ ਆਪਾਂ ਗਾਹਾਂ ਚੱਲਦੇ ਹਾਂ ਗਾਹਾਂ ਆਪਣੇ ਕੋਲ ਆ ਥੋੜਾ ਜਿਹਾ ਸਿਸਟਮ ਆ ਗਿਆ ਕਿ ਜਿਹਦੇ ਵੀ ਡਬਲ ਵੈਲਿਡਿਟੀ ਆਫਰ ਤੁਸੀਂ ਲੈ ਸਕਦੇ ਹੋ ਆਫਰ ਲਈ ਤੁਹਾਨੂੰ Y354 ਦਾ ਕੋਡ ਤੁਹਾਨੂੰ ਲਗਾਉਣਾ ਪਏਗਾ ਇਸ ਆਫਰ ਦੇ ਨਾਲ ਤੁਸੀਂ ਅਗਰ ਤਿਆਰੀ ਕਰ ਰਹੇ ਹੋ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀਆਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤੁਸੀਂ ਅਗਰ ਅੱਡਾ 247 ਤੋਂ ਕੋਈ ਬੈਚ ਪਰਚੇਸ ਕਰਦੇ ਹੋ ਤੇ ਤੁਹਾਨੂੰ ਇਹ ਕੋਡ ਲਗਾ ਨਾਲ ਜਿਹੜਾ ਡਿਸਕਾਊਂਟ ਹੈ ਜਿਹੜਾ ਮੈਕਸਿਮਮ ਮਿਲ ਜਾਂਦਾ ਹੈ ओके मैक्सिमम डिस्काउंट ਮਿਲ ਜਾਂਦਾ ਐਂਡ ਆ ਪੀਐਸਪੀਸੀਐਲ ਦੇ ਜਿਹੜੇ ਬੱਚਿਆਂ ਨੇ ਜਿਹੜਾ ਬੈਚ ਲਿਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਿ ਬੜਾ ਅੱਛਾ ਤੁਸੀਂ ਰਿਸਪਾਂਸ ਦਿੱਤਾ ਉਹਦੇ ਵਿੱਚ ਸਾਡੀਆਂ ਸਾਰੀਆਂ ਸੀਟਾਂ ਜਿਹੜੀਆਂ ਫਿਲ ਹੋ ਗਈਆਂ ਔਰ ਇੰਨੇ ਜ਼ਿਆਦਾ ਮੇਲਸ ਆ ਰਹੀਆਂ ਸੀਗੀਆਂ Uh, to get into the matlab lecture ki oh de vich seat leni ni sari mails aariyan si giyan jide karke sanu seatan fir tori open karniyan piyan te limited yani near out only 50 seats jaddiyan apa fir to jaddiyan open kitiyan agar tusi halle tak pspcl da batch nahi leya te tusi jada batch avail kar sakde ho clear agle agli cheez te chalde ha guru sahiban ne jevi ki main tuhanu dasya lokan li lok bhalai li jada tarantaran sahab jada jagah jadi foundation hai guru sahab ਗੁਰੂ ਸਾਹਿਬਾਨ ਦੇ ਦੁਆਰਾ ਰੱਖੀ ਗਈ ਸੀ ਹਨਾ ਤਰਨ ਤਰਨ ਸਾਹਿਬ ਦੀ ਠੀਕ ਹੈ ਕਿਹੜੇ ਗੁਰੂ ਗੁਰੂ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਉਹਨਾਂ ਨੇ ਲਿਪਰੋਸੀ ਕਯੂਰਿੰਗ ਸੈਂਟਰ ਜਿਹੜਾ ਇਹਦੇ ਵਿੱਚ ਓਪਨ ਕੀਤਾ ਸੀਗਾ ਜਿੱਥੇ ਲਿਪਰੋਸੀ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾਂਦਾ ਸੀਗਾ ਠੀਕ ਹੈ ਆ ਨੋਬਲ ਕਾਜ਼ ਜਿਹੜਾ ਕਿਹੜੇ ਗੁਰੂ ਸਾਈਬਾਨ ਜੀ ਦੇ ਦੁਆਰਾ ਸ਼ੁਰੂ ਕੀਤਾ ਗਿਆ ਇਹ ਗੁਰੂ ਅਰਜਨ ਦੇਵ ਜੀ ਦੇ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਇਹਨੂੰ ਸ਼ੁਰੂ ਕੀਤਾ ਗਿਆ ਅਗਲੇ ਪੁਆਇੰਟ ਤੇ ਚੱਲਦੇ ਆਂ ਅਗਲਾ ਜਿਹੜਾ ਪੁਆਇੰਟ ਆ ਆਪਣੇ ਕੋਲ ਕੀ ਆ ਜਿਹੜਾ ਲਿਪਰੋਸਿਸ ਸੈਂਟਰ ਜਿਹੜਾ ਗੁਰੂ ਸਾਈਬਾਨ ਨੇ ਸ਼ੁਰੂ ਕੀਤਾ ਸੀ ਐਕਚੁਅਲ ਚ ਉਹ ਸਟਰੈਂਥਨ ਜਿਹੜਾ ਉਹ ਚਰਚ ਮਿਸ਼ਨਰੀ ਸੁਸਾਇਟੀ ਨੇ ਇਹਨੂੰ ਜਿਹੜਾ ਸਟਰੈਂਥਨ ਕੀਤਾ ਇਹਨੂੰ ਮਜ਼ਬੂਤ ਕੀਤਾ ਤੇ ਮਤਲਬ ਇੱਕ ਪ੍ਰੋਪਰ ਜਿਹੜਾ ਕਹਿ ਸਕਦੇ ਨਾ ਪ੍ਰੋਪਰ ਜਿਹੜੀ ਬਿਲਡਿੰਗ ਬਣ ਜਾਣਾ ਠੀਕ ਹੈ ਉਹ ਜਿਹੜੀ ਆ 1885 ਦੇ ਵਿੱਚ ਪ੍ਰੋਪਰਲੀ ਜਿਹੜਾ ਇਸ ਮਿਸ਼ਨ ਨੇ ਯਾਨੀ ਅੰਗਰੇਜ਼ਾਂ ਦੇ ਟਾਈਮ ਤੇ ਜਿਹੜਾ ਚਰਚ ਮਿਸ਼ਨਰੀ ਸੁਸਾਇਟੀ ਆਈ ਸੀ ਉਹਨੇ ਲਿਪਰੋਸੀ ਸੈਂਟਰ ਜਿਹੜਾ ਉੱਥੇ ਬਣਾਇਆ ਕਿਥੇ ਤਰਨਤਨ ਸਾਹਿਬ ਦੇ ਵਿੱਚ ਅ ਲਿਪਰੋਸੀ ਹੁੰਦੀ ਹੈ ਜਿਹੜੇ ਮਿਰਗੀ ਦੇ ਦੌਰਾ ਪੈਂਦੇ ਉਹਨੂੰ ਲਿਪਰੋਸੀ ਕਹਿੰਦੇ ਆ ਠੀਕ ਹੈ ਮਿਰਗੀ ਦਾ ਜਿਹੜਾ ਦੋਰਾ ਹੁੰਦਾ ਉਹਨੂੰ ਲਿਪਰੋਸੀ ਕਹਿੰਦੇ ਆ ਪੀਐਸਪੀਸੀਐਲ ਦਾ ਪੇਪਰ ਹੈ 10 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਹੋਏਗਾ ਔਰ ਪੇਪਰ ਨੂੰ ਤੁਸੀਂ ਕਰੈਕ ਕਰ ਸਕਦੇ ਹੋ ਤਿਆਰੀ ਹੈ ਜਿਹੜੀ ਬੜੀ ਆਰਾਮ ਨਾਲ ਕਰ ਸਕਦੇ ਹੋ ਬਹੁਤ ਟਾਈਮ ਯਾਨੀ 1 ਮਹੀਨਾ ਤੁਹਾਡੇ ਕੋਲ ਪਿਆ ਹੋਇਆ 1 ਮਹੀਨੇ ਦੇ ਵਿੱਚ ਫਾਊਂਡੇਸ਼ਨ ਥੋੜਾ ਟਾਈਮ ਹੈ 1 ਦਿਨ ਦੇ ਵਿੱਚ 10 ਘੰਟੇ ਪੜਨਾ ਸ਼ੁਰੂ ਕਰ ਦੋ ਤੁਹਾਡਾ ਪੇਪਰ ਜਿਹੜਾ ਕਲੀਅਰ ਹੋ ਜਾਊਗਾ ਅਗਲੇ ਕੁਐਸਚਨ ਤੇ ਚੱਲਦੇ ਆ ਜੇ ਆਪਾਂ ਗੱਲ ਕਰੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕੀ ਇਹ ਤਰਤੀਆ ਗੁਰਦੁਆਰਿਆਂ ਦੀ ਤਰਤੀਆ ਇੱਥੇ ਤੁਹਾਨੂੰ ਕਾਫੀ ਸਾਰੇ ਗੁਰੂ ਦੇ ਦਵਾਰ ਯਾਨੀ ਗੁਰਦੁਆਰੇ ਜਿਹੜੇ ਕਾਫੀ ਸਾਰੇ ਮਿਲਣਗੇ ਔਰ ਇੱਕ ਬੜਾ ਬਲੇਸਿੰਗ ਪਲੇਸ ਵੀ ਹੈਗਾ ਬਟ ਇਹ ਜੇ ਆਪਾਂ ਗੱਲ ਕਰੀਏ ਥੋੜਾ ਜਿਆ ਜਦੋਂ ਬਲੂ ਸਟਾਰ ਵਾਲੇ ਡੜਦਾ ਜਿਹੜਾ ਟਾਈਮ ਪੀਰੀਅਡ ਸੀਗਾ ਉਹਦੇ ਵਿੱਚ ਤਰਨ ਤਰਨ ਕਾਫੀ ਹੈ ਜਿਹੜਾ ਇਨਸਰਜੈਂਸੀ ਦੇ ਕੀ ਕਹਿਆ ਜਾਂਦਾ ਇਵੈਂਟਸ ਨੂੰ ਲੈ ਕਰਕੇ ਕਾਫੀ ਜਿਆਦਾ ਉਹ ਇਨਫੈਮੀ ਰਿਹਾ ਵਾ ਠੀਕ ਹੈ ਅਨੀ ਆਈਡੀਆ ਅਬਾਊਟ ਦਾ ਸੁਪਰਵਾਈਜ਼ਰ ਇਗਜ਼ਾਮ ਸਾਰੇ ਇਗਜ਼ਾਮ ਇਹੀ ਡੇਟਾ ਦੇ ਵਿੱਚ ਹੀ ਹੋਣੇ ਨੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਤੋ ਕਿਹੜੇ ਕਿਹੜੇ ਗੁਰਦੁਆਰੇ ਨੇ ਤਰਨਤਾਰਨ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਹੈ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਠੀਕ ਹੈ ਦਰਬਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਦੇ ਬਾਅਦ ਆਪਾਂ ਗੱਲ ਕਰੀਏ ਗੁਰਦੁਆਰਾ ਗੁਰੂ ਕਾ ਖੂ ਗੁਰਦੁਆਰਾ ਗੁਰੂ ਕਾ ਖੂ ਤੋ ਗੁਰੂਜ਼ ਵੈਲ ਤੋ ਯਾਨੀ ਜਿਹੜਾ ਖੂਹ ਜਿਹੜਾ ਉੱਥੇ ਜਿਹੜਾ ਡੱਗ ਕੀਤਾ ਗਿਆ ਸੀਗਾ ਥੈਟ ਇਜ਼ ਦਾ ਗੁਰੂ ਦਾ ਖੂਹ ਫਿਰ ਬੀਬੀ ਪਾਣੀ ਦਾ ਖੂਹ ਓਕੇ ਓਦੇ ਬਾਅਦ ਗੁਰਦੁਆਰਾ ਟੱਕਰ ਸਾਹਿਬ ਓਦੇ ਓਦੇ ਬਾਅਦ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਗਰਜਾ ਸਿੰਘ ਬਾਬਾ ਗਰਜਾ ਸਿੰਘ ਐਂਡ ਬਾਬਾ ਬੋਟਾ ਸੀ ਓਕੇ ਗੁਰਦੁਆਰਾ ਜੂਲੇ ਜੂਲਨੇ ਮਹਿਲ ਓਕੇ ਗੁਰਦੁਆਰਾ ਜੂਲਨੇ ਮਹਿਲ ਓਦੇ ਬਾਅਦ ਥੈਟ ਇਜ਼ ਦਾ ਗੁਰਦੁਆਰਾ ਥੈਟ ਇਜ਼ 30 ਖਾਰਾ 30 ਖਾਰਾ ਗੁਰਦੁਆਰਾ ਠੀਕ ਹੈ ਆ ਗੁਰਦੁਆਰੇ ਸਹੀ ਗੁਰਦੁਆਰੇ ਆ ਤਰਨਤਾਰਨ ਸਾਹਿਬ ਦੇ ਵਿੱਚ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਐਕਸਪੈਂਡ ਕਰੀਏ ਜੇ ਆਪਾਂ ਗੱਲ ਕਰੀਏ ਗੁਰ ਇਹ ਤਰਨਤਾਰਨ ਸਾਹਿਬ ਦੀ ਲੈਟੀਟਿਊਡ ਲੌਂਗੀਟਿਊਡ ਦੀ ਗੱਲ ਕਰੀਏ ਤੋਂ ਲੈਟੀਟਿਊਡਨਲ ਜਿਹੜਾ ਐਕਸਟੈਂਟ ਹੈ ਠੀਕ ਹੈ ਲੈਟੀਟਿਊਡਨਲ ਜਿਹੜਾ ਐਕਸਟੈਂਟ ਹੈ ਉਹ 31 ਡਿਗਰੀ 31005 ਨਹੀਂ 31 ਡਿਗਰੀ ਠੀਕ ਹੈ 31 ਡੀ ਆ 0 ਹਟਾ ਦੋ 31 ਡਿਗਰੀ 5 ਤੋਂ ਲੈ ਕੇ 31 डिग्री 30 ਤੱਕ ਹੈ ਯਾਨੀ ਐਕਸਟੈਂਡ ਜਿਹੜਾ ਆਪਾਂ ਸਿਰਫ ਗੱਲ ਕਰੀਏ ਸਿਰਫ ਠੀਕ ਹੈ ਸਿਰਫ 25 ਪੁਆਇੰਟ ਦਾ 0.25 ਦਾ ਐਕਸਟੈਂਡ ਹੈ ਲੈਟੀਟਿਊਡਨਲ ਕਿ ਆਪਾਂ ਗੱਲ ਕਰਾਂਗੇ ਲੰਗਿਟਿਊਡਨਲ ਐਕਸਟੈਂਡ ਤੇ 74 ਡਿਗਰੀ ਹੈ ਤੇ 0 ਨਹੀਂ ਆਣਾ ਠੀਕ ਹੈ 0 ਇੱਥੇ ਆਣਾ 74 ਤੋਂ ਲੈ ਕੇ ਇਹ ਕਿੰਨਾ ਹੈ 75 ਇੱਥੇ ਇਹ ਕਿੰਨਾ 15 ਉੱਥੇ 30 ਤੋਂ ਇੱਥੇ ਆਪਾਂ ਕੈਲਕੂਲੇਟ ਕਰੀਏ ਕਿਉਂਕਿ 60 ਦਾ ਇੱਕ ਹੁੰਦਾ ਜੇ ਇਹ ਹੋ ਜੇ ਨਾ ਇਹਨੂੰ ਆਪਾਂ ਕਵਾਂਗੇ 1 ਡਿਗਰੀ ਠੀਕ ਹੈ ਤੋ ਜੇ ਇੱਥੇ ਆਪਾਂ ਕੈਲਕੂਲੇਟ ਕਰੀਏ ਤੇ ਇੱਥੇ ਸਿਰਫ ਡਿਫਰੈਂਸ ਕਿੰਨਾ ਬਣ ਰਿਹਾ ਪੀ ਠੀਕ ਹੈ ਸਿਰਫ ਡਿਫਰੈਂਸ ਕਿੰਨਾ ਬਣ ਰਿਹਾ 30 ਤੇ 30 ਡਿਫਰੈਂਸ ਬਣ ਰਿਹਾ ਕਿਉਂਕਿ 30 ਤੇ 30 60 ਤੇ 15 ਉਹਦੇ ਵਿੱਚ ਯਾਨੀ ਸਿਰਫ 45 ਡਿਗਰੀ 45.45 ਦਾ ਲੋਂਗੀਟਿਊਡਨਲ ਐਕਸਟੈਂਟ ਆ ਓਕੇ ਜੀਓਗ੍ਰਾਫੀਕਲ ਏਰੀਆ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਝ ਬੁਕਸ ਦੇ ਵਿੱਚ ਜਿਹੜਾ ਕੁਝ ਸਾਈਟਸ ਔਰ ਮੈਂ ਥੋੜਾ ਹੀ ਅਫੀਸ਼ੀਅਲ ਡਾਟਾ ਲਿਆ ਇਹ 2583 ਆ ਇਹਦਾ ਜਿਹੜਾ ਸਕਰ ਕਿਲੋਮੀਟਰ ਆ ਉਹ 2583 ਆ ਕਿਤੇ ਕਿਤੇ ਤੁਹਾਨੂੰ 2400 ਸਮਥਿੰਗ ਵੀ ਦੇਖ ਨੂੰ ਮਿਲੇਗਾ ਠੀਕ ਹੈ ਕਿਤੇ ਕਿਤੇ ਤੁਹਾਨੂੰ 2433 ਵੀ ਦੇਖ ਨੂੰ ਮਿਲੇਗਾ ਤੇ ਆਹ ਜਿਹੜਾ 2583 ਲਿਆ ਇਹ ਮੈਂ ਜਿਹੜਾ ਅਫੀਸ਼ੀਅਲ ਡਾਟਾ ਲਿਆ ਕਲੀਅਰ ਤੋਂ ਤਰਨਤਰਨ ਸਾਡਾ ਜਿਹੜਾ ਜੀਓਗ੍ਰਾਫੀਕਲ ਏਰੀਆ ਦੈਟ ਇਜ਼ 2583 ਸਕਰ ਕਿਲੋਮੀਟਰ ਓਕੇ ਤੇ ਇਨੂੰ ਨਾਰਥ ਤੇ ਕਿਲਾ ਗਿਆ ਅੰਬਰਸਰ ਜਿਹੜਾ ਕਿ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਤੇ ਕਪੂਰਥਲਾ ਡਿਸਟ੍ਰਿਕਟ ਇੱਥੇ ਲੱਗਿਆ ਈਸਟ ਵਾਲੀ ਸਾਈਡ ਤੇ ਸਾਊਥ ਵਾਲੀ ਸਾਈਡ ਕਿਲਾ ਗਿਆ ਫਿਰੋਜ਼ਪੁਰ ਜੇ ਵੈਸਟ ਵਾਲੀ ਸਾਈਡ ਕਰ ਲਈਏ ਤੇ ਇੰਟਰਨੈਸ਼ਨਲ ਬਾਰਡਰ ਦੈਟ ਇਜ਼ ਦਾ ਪਾਕਿਸਤਾਨ ਤੋ ਇਹ ਸੀਗਾ ਤਰਨਤਾਰਨ ਸਾਹਿਬ ਦੀ ਜੀਓਗ੍ਰਾਫੀ ਓਕੇ ਡਿਸਟ੍ਰਿਕਟ ਹੈਡ ਹੈੱਡਕੁਆਟਰ ਜਿਹੜਾ ਤਰਨਤਾਰਨ ਦੇ ਵਿੱਚ ਹੀ ਆ ਜੇ ਆਪਾਂ ਇੱਥੇ ਸੋਇਲ ਦੀ ਗੱਲ ਕਰੀਏ ਸੋਇਲ ਕੈਰੈਕਟਿਸਟਿਕਸ ਕਿਹੋ ਜਿਹੀ ਨੇ ਇੱਥੋਂ ਦੀ ਜਿਹੜੀ ਮਿੱਟੀ ਕਿਹੋ ਜੀ ਹੈ ਮਿੱਟੀ ਇੱਥੋਂ ਦੀ ਕਿਹੋ ਜੀ ਆ ਇਹ ਸੋਇਲਸ ਦੀ ਗੱਲ ਕਰੀਏ ਜਦੋਂ ਸੋਇਲ ਹੈ ਜਿਹੜੀ 0.2% ਸਾਲਟਸ ਨਾਲ ਇਨਕਰੀਜ਼ ਕਰ ਜਾਂਦੀ ਆ ਉਹਨੂੰ ਆਪਾਂ ਕਹਿ ਦਿੰਨੇ ਆ ਹਾਈ ਸਾਲਟ ਸੋਇਲਸ ਤੇ ਇੱਥੇ ਹਾਈ ਸਾਲਟ ਸੋਇਲਸ ਜਿਹੜੀ ਦੇਖੋ ਨੂੰ ਬਾਈ ਮਿਲਦੀ ਆ ਠੀਕ ਹੈ ਜਿਹੜੀ ਹਾਈ ਸਾਲਟ ਸੋਇਲ ਹੁੰਦੀ ਆ ਉਹ ਪਲਾਂਟੇਸ਼ਨ ਪਲਾਂਟਸ ਦੀ ਗਰੋਥ ਵਾਸਤੇ ਜਿਹੜੀ ਆ ਉਹ ਮਾੜੀ ਹੁੰਦੀ ਆ ਉਹਦੀ ਪੀ ਐਚ ਵੈਲਿਊ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਪੀ ਐਚ ਵੈਲਿਊ ਜਿਹੜੀ ਆ ਹਾਈ ਸਾਲਟ ਸੋਇਲ ਨੂੰ ਹੋਰ ਕੀ ਕਹਿ ਸਕਦੇ ਆ ਸੈਲਾਈਨ ਐਂਡ ਅਲਕਲੀ ਸੋਇਲਸ ਹੈਨਾ ਤੇ ਜਿਹਦੇ ਵਿੱਚ ਸਾਲਟ ਦੀ ਮਾਤਰਾ ਜ਼ਿਆਦਾ ਹੋ ਜੇ ਕਲੀਅਰ ਤੋਂ ਅਲਕਲੀ ਸੋਇਲ ਇਥੇ ਤੁਹਾਨੂੰ ਅਲਕਲੀ ਸੋਇਲ ਜਿਹੜੀ ਆ ਉਹ ਮਿਲੇਗੀ ਠੀਕ ਹੈ ਜਿਹਦੀ ਫਰਟੀਲਿਟੀ ਹੈ ਜਿਹੜੀ ਲੋ ਆ ਜਿਹਦੀ ਕੀ ਫਰਟੀਲਿਟੀ ਲੋ ਹੁੰਦੀ ਹੈ ਅਲਕਲੀ ਸੋਇਲ ਉਹ ਸੋਇਲ ਹੁੰਦੀ ਹੈ ਜਿਹਦੇ ਵਿੱਚ ਸਾਲਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਉਹਦੀ ਫਰਟੀਲਿਟੀ ਨੋਰਮਲ ਸੋਇਲ ਨਾਲੋਂ ਘੱਟ ਹੁੰਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਆ ਦੈਟ ਇਜ਼ ਅ ਲੋ ਫਰਟੀਲਿਟੀ ਦੈਟ ਇਜ਼ ਅ ਅਲਕਲੀ ਸੋਇਲ ਓਕੇ ਦੈਟ ਇਜ਼ ਅਲਕਲੀ ਸੋਇਲ ਤੋਂ ਬੇਸਿਕਲੀ ਇਥੇ ਦੋ ਤਰ੍ਹਾਂ ਦੀ ਮਿੱਟੀ ਜਿਹੜੀ ਪਾਈ ਜਾਂਦੀ ਹੈ ਇੱਕ ਐਰਿਡ ਬਰਾਊਨ ਸੋਇਲ ਇੱਕ ਐਰਿਡ ਬ੍ਰਾਊਨ ਸੋਇਲ ਇੱਕ ਟ੍ਰੋਪੀਕਲ ਐਰਿਡ ਬ੍ਰਾਊਨ ਸੋਇਲ ਠੀਕ ਹੈ ਇੱਕ ਕਲੀ ਐਰਿਡ ਬ੍ਰਾਊਨ ਸੋਇਲ ਤੇ ਦੂਸਰੀ ਜਿਹੜੀ ਹੈ that is the ਟ੍ਰੋਪੀਕਲ ਕਲੀਅਰ ਹੁਣ ਆ ਦੋਨੋਂ ਜਿਹੜੀਆਂ ਸੋਇਲ ਜਿਹੜੀਆਂ ਆਪਾਂ ਗੱਲ ਕੀਤੀਆਂ ਟ੍ਰੋਪੀਕਲ ਸੋਇਲ ਦੇਤੇ ਐਰਿਡ ਬ੍ਰਾਊਨ ਸੋਇਲ ਦੀ ਆ ਦੋਨੋਂ ਜਿਹੜੀ ਸੋਇਲਸ ਹੁੰਦੀਆਂ ਇਹ ਐਨ ਪੀ ਕੇ ਡੈਫੀਸ਼ੀਐਂਟ ਹੁੰਦੀਆਂ ਐਨ ਪੀ ਕੇ ਡੈਫੀਸ਼ੀਐਂਟ ਐਨ ਪੀ ਕੇ ਦੀ ਫੁੱਲ ਫਾਰਮ ਕੀ ਹੈ that is the ਨਾਈਟ੍ਰੋਜਨ ਫਾਸਫੋਰਸ ਐਂਡ ਪੋਟਾਸ਼ੀਅਮ ਐਨ ਫੋਰ ਨਾਈਟ੍ਰੋਜਨ P4 ਫਾਸਫੋਰਸ K4 ਪੋਟਾਸ਼ੀਅਮ ਅਨੁਚਲੋਤਰਾ ਇੱਕ ਵਾਰੀ ਲੈਕਚਰ ਸਾਰੇ ਦੇਖ ਲਓ ਲੈਕਚਰ ਨੂੰ ਸ਼ੇਅਰ ਕਰ ਦਿਓ ਹੁਣ ਆਪਾਂ ਗੱਲ ਕਰਦੇ ਆ ਕਿ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਇਹਦਾ ਜਿਹੜਾ ਏਰੀਆ ਸੀਗਾ ਹੁਣ ਆਪਾਂ ਮੇਨ ਚੀਜ਼ ਆ ਗਈ ਤਹਿਸੀਲ ਤਹਿਸੀਲਾਂ ਕਿੰਨੀਆਂ ਨੇ ਪਹਿਲਾਂ ਇਹਦੀਆਂ ਤਿੰਨ ਤਹਿਸੀਲਾਂ ਸੀ ਉਹਦੇ ਬਾਅਦ ਇਹਨੂੰ ਇਨਕਰੀਜ਼ ਕਰਕੇ ਇਹਦੀਆਂ ਤਹਿਸੀਲਾਂ ਹੋ ਗਈਆਂ 4 ਟੋਟਲ 4 ਤਹਿਸੀਲਾਂ ਨੇ ਤੇ 4 ਹੀ ਇਹਦੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਠੀਕ ਹੈ ਚਾਰ ਤਹਿਸੀਲਾਂ ਨੇ ਚਾਰ ਹੀ ਵਿਧਾਨ ਸਭਾ ਦੀਆਂ ਸੀਟਾਂ ਨੇ ਜੇ ਬਲੋਕਾਂ ਦੀ ਗੱਲ ਕਰੀਏ ਬਲੋਕ ਨੇ 8 ਨੰਬਰ ਆਫ ਬਲੋਕਸ ਨੇ 8 ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤੋਂ ਪਿੰਡ ਕਿੰਨੇ ਆ 489 ਪੂਰੇ ਇਹਦੇ ਵਿੱਚ ਪਿੰਡ ਨੇ 489 ਕਿੰਨੇ ਆ ਪਿੰਡ ਹੈ ಗ್ರಾಮ ਪੰਚਾਇਤਾਂ ਜਿਹੜੀਆਂ 495 ਠੀਕ ਹੈ ਤੋਂ ਆਪਣੀਆਂ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਚਾਰ ਕਾਦੇ ਵਿੱਚ ਤਰਨ ਤਰਨ ਦੇ ਵਿੱਚ ਚਾਰ ਕਿਵੇਂ ਕਿਉਂਕਿ ਚਾਰ ਤਹਿਸੀਲਾਂ ਚਾਰ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਹੋਗੀਆਂ ਕਲੀਅਰ ਪਿੰਡ ਕਿੰਨੇ ਨੇ ਪਿੰਡ ਕਿੰਨੇ ਨੇ 489 ਤੇ ਬਲੋਕ ਕਿੰਨੇ ਨੇ 8 ਉਹ ਅੱਗੇ ਅੱਗੇ ਚੱਲਦੇ ਆਪਾਂ ਜੇ ਆਪਾਂ ਗੱਲ ਕਰੀਏ ਚਾਰ ਤਹਿਸੀਲਾਂ ਕਿਹੜੀਆਂ-ਕਿਹੜੀਆਂ ਨੇ ਚਾਰ ਤਹਿਸੀਲਾਂ ਕਿਹੜੀਆਂ-ਕਿਹੜੀਆਂ ਨੇ ਹਾਂਜੀ ਸਮਝ ਲੱਗ ਰਿਹਾ ਲੈਕਚਰ ਤਰਨਤਾਰਨ ਸਾਹਿਬ ਦੀਆਂ ਚਾਰ ਤਹਿਸੀਲਾਂ ਕਿਹੜੀਆਂ-ਕਿਹੜੀਆਂ ਨੇ ਤਿੰਨ ਜਿਹੜੀਆਂ ਪਹਿਲਾਂ ਸੀਗੀਆਂ ਉਹ ਕਿਹੜੀ-ਕਿਹੜੀ ਸੀ ਤਰਨਤਾਰਨ ਆਪ ਇੱਕ ਤਹਿਸੀਲ ਉਹਦੇ ਬਾਅਦ ਪੱਟੀ ਖਡੂਰ ਸਾਹਿਬ ਨਵੀਂ ਜਿਹੜੀ ਤਹਿਸੀਲ ਜਿਹੜੀ ਬਣੀ ਐ ਦੈਟ ਇਜ਼ ਆ ਪੀਖੀਵੈਂਡ ਠੀਕ ਐ ਪੀਖੀਵੈਂਡ ਜਿਹੜੀ ਨਵੀਂ ਤਹਿਸੀਲ ਬਣੀ ਸੀ ਓਕੇ ਤੋ ਚਾਰ ਤਹਿਸੀਲਾਂ ਨੇ ਤਰਨਤਾਰਨ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਿੱਤਾ ਪੱਟੀ ਖਡੂ ਸਾਹਿਬ ਤੇ ਪਿੱਖੀਵਿੰਡ ਹੁਣ ਆਪਾਂ ਗੱਲ ਕਰਦੇ ਆ ਸਬ ਤਸੀਲਾਂ ਦੀ ਚਾਰ ਹੀ ਸਬ ਤਸੀਲਾਂ ਨੇ ਸਬ ਤਸੀਲਾਂ ਕਿੜੀਆਂ ਕਿੜੀਆਂ ਆ ਗਈਆਂ ਸਬ ਤਸੀਲਾਂ ਕਿਹੜੇ ਕਿੜੀਆਂ ਆ ਗਈਆਂ ਸਬ ਤਸੀਲਾ ਹੈਗੀਆਂ ਨੇ ਝਾਬਲ ਚੋਲਾ ਸਾਹਿਬ ਖੇਮਕਰਨ ਤੇ ਗੋਇੰਦਵਾਲ ਗੋਇੰਦਵਾਲ ਸਾਹਿਬ ਚੋਲਾ ਸਾਹਿਬ ਖੇਮਕਰਨ ਤੇ ਝਾਬਲ ਆ ਜਿਹੜੀਆਂ ਚਾਰ ਨੇ ਇਥੇ ਸਬ ਤਸੀਲਾਂ ਓਕੇ ਹੁਣ ਆਪਾਂ ਗੱਲ ਕਰਦੇ ਆ ਗੋਇੰਦਵਾਲ ਸਾਹਿਬ ਦੀ ਬਹੁਤ ਪਿਆਰਾ ਏਰੀਆ ਹੈ ਔਰ ਇੱਥੇ ਇੱਕ ਜੀਵੀ ਕੇ ਕੰਪਨੀ ਦੇ ਦੁਆਰਾ ਲਗਾਇਆ ਗਿਆ ਗੋਇਂਦਵਾਲ ਪਾਵਰ ਪਲਾਂਟ ਵੀ ਹੈ ਗੋਇਂਦਵਾਲ ਸਾਹਿਬ ਦੇ ਵਿੱਚ ਤੋਂ ਇੱਕ ਕੁਐਸਚਨ ਬਣ ਗਿਆ ਆਪਣਾ ਕੰਪੀਟੀਟਿਵ ਇਗਜ਼ਾਮ ਲਈ ਤੇ ਗੋਇਂਦਵਾਲ ਸਾਹਿਬ ਦੇ ਵਿੱਚ ਜਿਹੜਾ ਗੋਇਂਦਵਾਲ ਪਾਵਰ ਪਲਾਂਟ ਹੈ ਕਿਹੜੀ ਕੰਪਨੀ ਨੇ ਲਗਾਇਆ ਹੋਇਆ ਜੀ ਸੋਰੀ ਜੀਵੀ ਕੇ ਜੀਵੀ ਕੇ ਜੀਵੀ ਕੇ ਕੰਪਨੀ ਨੇ ਲਗਾਇਆ ਹੋਇਆ ਔਰ ਇੱਥੋਂ ਦੀ 540 ਮੈਗਾਵਾਟ ਦੀ ਜਿਹੜੀ ਬਿਜਲੀ ਆ ਪੈਦਾ ਕੀਤੀ ਜਾਂਦੀ ਹੈ ਇਹਦੇ ਦੋ ਯੂਨਿਟਸ ਨੇ ਕਲੀਅਰ ਉਹਨੂੰ ਵੀ ਆਪਾਂ ਅੱਗੇ ਡਿਸਕਸ ਕਰਦੇ ਹਾਂ देखो जी एरिड सॉयल जी होंगी एरिड सॉयल है जी कि कंकड़ीली जी पत्थी हो जब कंकड़ ज्यादा हो एरिड सॉयल ठीक है थोड़ी जी फर्टीलिटी घट ओके आज जी ट्रोपीकल रतीली जड़ी सॉइल होंगी ट्रोपीकल एरिड आ रतीली सॉइल जी होंगी ओके ਤੋ ਅੱਗੇ ਆਨੇ ਆਪਾਂ ਹੁਣ ਆਪਾਂ ਆਪਾਂ ਨੇ ਗੋਇੰਦਵਾਲ ਸਾਹਿਬ ਤੇ ਤੇ ਗੋਇੰਦਵਾਲ ਕਿਸ ਰੀਵਰ ਦੇ ਬੈਂਕ ਤੇ ਆ ਤੇ ਹੈਗਾ ਬਿਆਸ ਰੀਵਰ ਦੇ ਬੈਂਕ ਤੇ ਬਿਆਸ ਰੀਵਰ ਦੇ ਬੈਂਕ ਤੇ ਕਲੀਅਰ ਬਿਆਸ ਰੀਵਰ ਦੇ ਬੈਂਕ ਤੇ ਕੀ ਹੈ ਗੋਇੰਦਵਾਲ ਸਾਹਿਬ ਓਕੇ ਅਗਲੇ ਪੁਆਇੰਟ ਤੇ ਆਨੇ ਆ ਇਹ ਇਥੇ ਇੱਕ ਫੋਕਲ ਪੁਆਇੰਟ ਹੈ ਜਿੱਥੇ ਕਿ ਗੋਇੰਦਵਾਲ ਸਾਹਿਬ ਮਸ਼ਹੂਰ ਕਾਦੇ ਵਾਸਤੇ ਹੈ ਸਮਾਲ ਸਕਿੱਲ ਇੰਡਸਟਰੀਜ਼ ਵਾਸਤੇ ਤਰਨਤਾਰਨ ਦੀ ਇਹ ਸਮਾਲ ਸਕਿੱਲ ਇੰਡਸਟਰੀਆਂ ਜੇ ਪੁੱਛਿਆ ਜਾਂ ਕਿੱਥੇ ਕਿਹੜਾ ਪਲੇਸ ਹੈ ਜਿਹੜਾ ਤਰਨਤਾਰਨ ਦੇ ਵਿੱਚ ਸਮਾਲ ਸਕਿੱਲ ਇੰਡਸਟਰੀ ਵਾਸਤੇ ਮਸ਼ਹੂਰ ਹੈ 댓 ਇਜ਼ ਗੋਇੰਦਵਾਲ ਸਾਹਿਬ ਤਰਨਤਾਰਨ ਕਾਦੇ ਵਾਸਤੇ ਮਸ਼ਹੂਰ ਹੈ ਸਮਾਲ ਸਕਿੱਲ ਇੰਡਸਟਰੀਜ਼ ਵਾਸਤੇ ਔਰ ਕਿਹੜਾ ਏਰੀਆ ਗੋਇੰਦਵਾਲ ਸਾਹਿਬ ਉਥੇ ਕੀ ਹੈ ਉਥੇ ਕੀ ਹੈ ਉਥੇ ਹੈਗਾ 댓 ਇਜ਼ ਗੋਇੰਦਵਾਲ ਪਾਵਰ ਪਲਾਂਟ ਠੀਕ ਹੈ ਉਹਨ ਪੱਟੀ ਦੀ ਗੱਲ ਕਰੀਏ ਤਾਂ ਪੱਟੀ ਕਾਦੇ ਵਾਸ ਸ਼ਿਵਾ ਟੈਂਪਲ दैट इज वेरी ਫੇਮਸ ਜੈਨ ਟੈਂਪਲ ਤੇ ਗੁਰਦੁਆਰਾ ਹੈਗਾ ਬੀਬੀ ਰਜਨੀ ਗੁਰਦੁਆਰਾ ਬੀਬੀ ਰਜਨੀ ਐਂਡ ਜੈਨ ਟੈਂਪਲ ਠੀਕ ਹੈ ਤਾਂ ਆ ਤਿੰਨ ਚੀਜ਼ਾਂ ਪੱਟੀ ਬਹੁਤ ਜ਼ਿਆਦਾ ਮਸ਼ਹੂਰ ਆ ਅਗਲੀ ਅਗਲੀ ਆਪਾਂ ਗੱਲ ਕਰਦੇ ਆ ਖਡੂਰ ਸਾਹਿਬ ਥਿਸ ਇਜ਼ ਵੈਰੀ ਇੰਪੋਰਟੈਂਟ ਖਡੂਰ ਸਾਹਿਬ ਦੀ ਜਿਹੜੀ ਨੀਂਹ ਆ ਉਹ ਕਿਹਦੇ ਦੁਆਰਾ ਰੱਖੀ ਗਈ ਇਹਦੀ ਫਾਊਂਡੇਸ਼ਨ ਕਿਹਦੇ ਦੁਆਰਾ ਕੀਤੀ ਗਈ ਤਾਂ ਆਪਣੇ ਦੂਸਰੇ ਗੁਰੂ ਗੁਰੂ ਸਾਹਿਬਾਨ ਅੱਛਾ ਇੱਕ ਪਿੱਛੇ ਆਪਣੀ ਇੱਕ ਚੀਜ਼ ਰਹਿ ਗਈ ਗੋਇੰਦਵਾਲ ਸਾਹਿਬ ਦੀ ਫਾਊਂਡੇਸ਼ਨ ਕਿਹਦੇ ਦੁਆਰਾ ਕੀਤੀ ਗਈ ਗੋਇੰਦਵਾਲ ਸਾਹਿਬ ਦੀ ਫਾਊਂਡੇਸ਼ਨ ਕਿਸ ਦੇ ਦੁਆਰਾ ਕੀਤੀ ਗਈ ਗੁਰੂ ਅਮਰਦਾਸ ਜੀ ਦੇ ਦੁਆਰਾ ਗੁਰੂ ਅਮਰਦਾਸ ਜੀ ਦੇ ਦੁਆਰਾ ਠੀਕ ਹੈ ਗੋਇੰਦਵਾਲ ਦੀ ਫਾਊਂਡੇਸ਼ਨ ਕਿਸ ਦੇ ਦੁਆਰਾ ਕੀਤੀ ਗਈ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਦੁਆਰਾ ਔਰ ਗੋਇੰਦਵਾਲ ਦੀ ਇੱਕ ਕਹਾਣੀ ਹੈ ਕਿ ਇੱਥੇ ਇੱਕ ਟਰੇਡਰ ਹੁੰਦਾ ਸੀਗਾ ਗੋਇਂਦਾ ਠੀਕ ਹੈ ਗੋਇਂਦਾ ਨਾਮ ਦਾ ਇੱਕ ਟਰੇਡਰ ਹੁੰਦਾ ਸੀਗਾ ਤੇ ਉਹ ਵਪਾਰ ਕਰਦਾ ਹੁੰਦਾ ਸੀਗਾ ਗੋਇਂਦਾ ਠੀਕ ਹੈ ਉਹਨੂੰ ਖਤਰੀ ਖਤਰੀ ਟ੍ਰੇਡਰ ਸੀਗਾ ਤਾਂ ਇੱਕ ਵਾਰੀ ਉਹ ਗੁਰੂ ਅੰਗਦ ਦੇਵ ਜੀ ਕੋਲ ਜਾਂਦਾ ਔਰ ਉੱਥੇ ਜਾ ਕੇ ਕਹਿੰਦਾ ਕਿ ਉਹ ਕਾਫੀ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਜਿਹੜਾ ਉਲਝਿਆ ਹੋਇਆ ਸੀਗਾ ਬਹੁਤ ਪਰੇਸ਼ਾਨ ਸੀਗਾ ਟ੍ਰੇਡਰ ਉਹਦਾ ਕਾਫੀ ਨੁਕਸਾਨ ਹੋ ਰਿਹਾ ਸੀਗਾ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਕੋਲ ਜਾ ਕੇ ਕਹਿੰਦਾ ਕਿ ਇੱਕ ਨਾ ਅੱਜ ਜਿਹੜੀ ਜਗ੍ਹਾ ਆ ਜਗ੍ਹਾ ਤੇ ਜਿੱਥੇ ਉਹ ਰਹਿੰਦਾ ਸੀਗਾ ਠੀਕ ਹੈ ਉਹਦੇ ਲਈ ਬਲੇਸਿੰਗ ਮੰਗਣਾ ਚਾਹੁੰਦਾ ਕਿ ਇਹਨੂੰ ਵਸਾਣ ਲਈ ਉਹਦੇ ਬਾਅਦ ਕਿ ਇੱਥੇ ਕਹਿੰਦਾ ਕਿ ਬੜੀ ਲੋਕਾਂ ਦੀ ਬੁਰੀ ਨਜ਼ਰ ਪਈ ਹੋਈ ਆ ਕਾਮ ਕਾਚ ਵਾਦਾ ਨਹੀਂ ਹੋ ਰਿਹਾ ਤੋ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋ ਗੁਰੂ ਅੰਗਦ ਦੇ ਜੀ ਗੁਰੂ ਅਮਰਦਾਸ ਜੀ ਨੂੰ ਭੇਜਦੇ ਨੇ ਗੁਰੂ ਅਮਰਦਾਸ ਜੀ ਉਹ ਜਾ ਕਰਕੇ ਇਹਦੀ ਫਾਊਂਡੇਸ਼ਨ ਕਰਦੇ ਨੇ ਇੱਥੇ ਗੋਇੰਦਵਾਲ ਸਾਹਿਬ ਜਿਹੜਾ ਗੁਰਦੁਆਰਾ ਜਿਹੜਾ ਗੁਰੂ ਅਮਰਦਾਸ ਜੀ ਦੇ ਦੁਆਰਾ ਬਣਾਇਆ ਜਾਂਦਾ ਜਿੱਥੇ ਬੋਲੀ ਸਾਹਿਬ ਜਿੱਥੇ ਇੱਕ ਬੋਲੀ ਬੌਲੀ ਡਗ ਕੀਤੀ ਜਾਂਦੀ ਹੈ ਠੀਕ ਹੈ ਜਿੱਥੇ ਇੱਕ ਬੋਲੀ ਜਿਹੜੀ ਡਗ ਕੀਤੀ ਜਾਂਦੀ ਹੈ ਗੁਰੂ ਸਹਿਬਾਨ ਗੁਰੂ ਅਮਰਦਾਸ ਜੀ ਦੇ ਦੁਆਰਾ ਔਰ ਇਹਦੀਆਂ 84 ਜਿਹੜੀਆਂ ਪੋੜੀਆਂ ਹੁੰਦੀਆਂ ਨੇ ਇਹਦੀਆਂ 84 ਪੋੜੀਆਂ ਨੇ ਤੋਂ ਬੋਲੀ ਸਾਹਿਬ ਜਿਹੜੀ ਆ ਉਹ ਬੋਲੀ ਸਾਹਿਬ ਹੈ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਆ ਬੋਲੀ ਸਾਹਿਬ ਜਿਹਦੀਆਂ 84 ਪੋੜੀਆਂ ਨੇ ਔਰ ਇੱਥੇ ਬਹਿ ਕੇ ਜਿਹੜਾ ਜਪਜੀ ਸਾਹਿਬ ਦਾ 84 ਪੋੜੀਆਂ ਦੇ ਵਿੱਚ ਜਿਹੜਾ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਤੇ ਕਹਿੰਦੇ ਕਿ ਉਹ 84 ਲੱਖ ਯੁਨੀਆਂ ਤੋਂ ਜਿਹੜਾ ਮੁਕਤ ਹੋ ਜਾਂਦਾ ਤੋਂ ਇਹ ਮਹੱਤਵਤਾ ਹੈ ਗੋਇੰਦਵਾਲ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਤਾਂ ਨਾਮ ਕਿੱਥੋਂ ਦੀ ਨਿਕਲਿਆ ਇਹਦਾ ਨਾਮ ਸੀਗਾ ਇੱਕ ਗੋਇੰਦ ਦਾ ਨਾਮ ਦਾ ਗੋਇੰਦ ਦਾ ਨਾਮ ਦਾ ਇੱਕ ਟਰੇਡਰ ਸੀਗਾ ਇੱਕ ਖੱਤਰੀ ਮਰਚੈਂਟ ਟਰੇਡਰ ਠੀਕ ਹੈ ਇੱਕ ਖੱਤਰੀ ਮਰਚੈਂਟ ਟਰੇਡਰ ਸੀਗਾ ਗੋਇੰਦ ਦਾ ਨਾਮ ਦਾ ਜਿੱਥੋਂ ਦੀ ਇਹਦਾ ਨਾਮ ਪਿਆ ਗੋਇੰਦਵਾਲ ਠੀਕ ਹੈ ਤਾਂ ਗੋਇੰਦਵਾਲ ਆਹ ਕਹਾਣੀ ਸਿਰਫ ਇਹਦੀ ਇਥੋਂ ਦਾ ਮਰਚੈਂਟ ਸੀਗਾ ਉਹ ਜਾਂਦਾ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਜੀ ਕੋਲ ਔਰ ਗੁਰ ਰੰਗਰ ਦੇਵ ਜੀ ਉਹਦੀਆਂ ਜਿਹੜੀਆਂ ਮੁਸ਼ਕਿਲਾਂ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਦੀ ਡਿਊਟੀ ਲਗਾਉਂਦੇ ਨੇ ਔਰ ਗੁਰੂ ਅਮਰਦਾਸ ਜੀ ਆ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜੀ ਬੋਲੀ ਦੀ ਸਥਾਪਨਾ ਕਰਦੇ ਨੇ ਠੀਕ ਹੈ ਬੋਲੀ ਦੀ ਸਥਾਪਨਾ ਕਰਦੇ ਨੇ ਮਤਲਬ ਇੱਕ ਬੋਲੀ ਦਾ ਮਤਲਬ ਕੀ ਹੋ ਗਿਆ ਥੈਟ ਇਜ਼ ਅ ਵੈਲ ਖੂ ਮਤਲਬ ਖੂ ਹੈ ਜਿਹੜਾ ਡੱਕਰ ਵੰਦੇ ਨੇ ਜਿਹਦੀਆਂ ਕਿ 84 ਪੌੜੀਆਂ ਰੱਖੀਆਂ ਜਾਂਦੀਆਂ ਔਰ 84 ਲੱਖ ਜੋੜੀਆਂ ਤੋਂ ਮੁਕਤ ਹੋਣ ਲਈ ਇੱਥੇ ਬਹਿ ਕੇ ਅਗਰ ਜਪਜੀ ਸਾਹਿਬ ਦੇ ਹਰ ਇੱਕ ਪੌੜੀ ਤੇ ਜਿਹੜਾ ਪਾਠ ਕੀਤਾ ਜਾਏ ਤੇ 84 ਲੱਖ ਜੋੜੀਆਂ ਤੋਂ ਮੁਕਤ ਹੋ ਜਾਂਦੇ ਆ ਓਕੇ ਹੁਣ ਆਪਾਂ ਚੱਲਦੇ ਆਂ ਨੈਕਸਟ ਚੱਲਦੇ ਆਂ ਤੋਂ ਨੈਕਸਟ ਖਡੂਰ ਸਾਹਿਬ ਖਡੂਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਦੂਸਰੇ ਗੁਰੂ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਇਹਦੀ ਫਾਊਂਡੇਸ਼ਨ ਕੀਤੀ ਗਈ ਸੀ ਇਹਨੂੰ ਬਸਾਇਆ ਗਿਆ ਸੀਗਾ ਇਹਦੀ ਸਥਾਪਨਾ ਕੀਤੀ ਗਈ ਸੀ ਤੋਂ ਗੁਰਦੁਆਰਾ ਖਡੂਰ ਸਾਹਿਬ ਹੈ ਜਿਹੜਾ ਉਹ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਫਾਊਂਡ ਕੀਤਾ ਗਿਆ ਸੀਗਾ ਸਾਰਿਆਂ ਨਾਲੋਂ ਵਧੀਆ ਗੱਲ ਇਹ ਆ ਕਿ ਇਸ ਪਲੇਸ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਸ਼ਕਤੀ ਆ 13 ਸਾਲ ਆਪਣੀ ਜ਼ਿੰਦਗੀ ਦੇ ਜਿਹੜੇ ਆ ਗੁਰੂ ਅੰਗਦ ਦੇਵ ਜੀ ਨੇ ਇੱਥੇ ਬਿਤਾਏ ਆ ਜੇ ਆਪਾਂ ਗੱਲ ਕਰੀ ਤੁਸੀਂ ਸੁਣਿਆ ਹੋਵੇਗਾ ਗੁਰੂ ਸਾਹਿਬਾਨ ਨੇ ਜਿਹੜੀ ਆ 35 ਅਖਰੀ ਯਾਨੀ ਗੁਰਮੁਖੀ ਹੈ ਜਿਹੜੀ ਉਹ ਲਿਖੀ ਸੀਗੀ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਨੇ ਲਿਖੀ ਸੀ ਔਰ ਗੁਰੂ ਅੰਗਦ ਦੇਵ ਜੀ ਨੇ ਇੱਥੇ ਹੀ ਯਾਨੀ ਖਡੂਰ ਸਾਹਿਬ ਦੇ ਵਿੱਚ ਹੀ ਜਿਹੜੀ ਹੈ ਗੁਰਮੁਖੀ ਲਿਪੀ ਨੂੰ ਜਿਹੜਾ ਜਨਮ ਦਿੱਤਾ ਸੀ ਗੁਰਮੁਖੀ ਲਿਪੀ ਹੈ ਜਿਹੜੀ ਲਿਖੀ ਸੀ ਹੁਣ ਗੁਰਮੁਖੀ ਲਿਖੀ ਲਿਖੀ ਸੀ ਤਾਂ ਪਹਿਲਾ ਜਿਹੜਾ ਸਿੱਖ ਸਕੂਲ ਹੈ ਜਿਹੜਾ ਉਹ ਵੀ ਇੱਥੇ ਹੀ ਆ ਉਹਦੇ ਬਾਅਦ ਗੁਰੂ ਸਾਹਿਬਾਨ ਨੇ ਮਲਖ ਖਾੜੇ ਯਾਨੀ ਰੈਸਲਿੰਗ ਕਰਨ ਲਈ ਜਿੱਥੇ ਸਪਿਰਚੁਅਲ ਤੇ ਫਿਜ਼ੀਕਲ ਐਕਸਰਸਾਈਜ਼ ਕਰਵਾਈ ਜਾਂਦੀ ਸੀ ਉਹਨੂੰ ਕਹਿੰਦੇ ਸੀ ਮਲਖ ਖਾੜਾ ਗੁਰਦੁਆਰ ਸੋਰੀ ਗੁਰੂ ਅੰਗਦ ਦੇ ਜੀ ਨੇ ਮੱਲਖ ਖਾੜੇ ਜਿਹੜੇ ਸ਼ੁਰੂ ਕੀਤੇ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਸਾਰਿਆਂ ਨੂੰ ਪਹਿਲਾ ਮੱਲਖ ਖਾੜਾ ਖਡੂਰ ਸਾਹਿਬ ਦੇ ਵਿੱਚ ਹੀ ਜਿਹੜਾ ਓਪਨ ਕੀਤਾ ਗਿਆ ਸੀ ਆਹ ਕੁਐਸਚਨ ਜਿਹੜੇ ਬਣ ਸਕਦੇ ਨੇ ਐਗਜ਼ਾਮ ਪੁਆਇੰਟ ਦੇ ਆਫ ਵਿਊਜ਼ ਦੇ ਵਿੱਚ ਠੀਕ ਹੈ ਉਹਦੇ ਬਾਅਦ ਗੁਰੂ ਨਾਨਕ ਸਾਹਿਬ ਬਾਣੀ ਦਾ ਪਹਿਲਾ ਗੁੱਟਗਾ ਜਿਹੜਾ ਉਹ ਵੀ ਇੱਥੇ ਹੀ ਲਿਖਿਆ ਗਿਆ ਸੀ ਇਸ ਕਰਕੇ ਇਹ ਜਗ੍ਹਾ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਬਹੁਤ ਜ਼ਿਆਦਾ ਤੱਪੀ ਜਗ੍ਹਾ ਜਿਹੜੀ ਆ ਉਹ ਮੰਨੀ ਜਾਂਦੀ ਹੈ ਤੱਪੀ ਜਗ੍ਹਾ ਤਾਂ ਸਾਰਿਆਂ ਨੇ ਜਿੱਥੇ-ਜਿੱਥੇ ਬੈ ਕੇ ਪਾਠ ਹੋਇਆ ਪਕਤੀ ਕੀਤੀ ਮੈਡੀਟੇਸ਼ਨ ਕੀਤੀ ਉਹ ਸਾਰੀਆਂ ਜਗ੍ਹਾ ਦੇ ਵਿੱਚ ਸ਼ਕਤੀਆਂ ਨੇ ਤੇ ਇੱਕ ਹੜੂ ਸਾਹਿਬ ਦੀ ਆਹ ਜਿਹੜੀ ਅਹਿਮੀਅਤ ਹੈ ਤੁਹਾਨੂੰ ਮੈਂ ਦੱਸੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇੱਥੇ 13 ਸਾਲ ਜਿਹੜੇ ਆਪਣੀ ਜ਼ਿੰਦਗੀ ਦੇ ਇੱਥੇ ਸਪੈਂਡ ਕੀਤੇ ਔਰ ਆਪਣੇ ਜਿਹੜੀ ਜ਼ਿੰਦਗੀ ਦੇ ਜਿਹੜੇ ਅਨਮੋਲ ਕੰਮ ਆ ਜਿਵੇਂ ਕਿ ਗੁਰਮੁਖੀ ਲਿਪੀ ਦਾ ਲਿਖਣਾ ਮੱਲਖ ਖਾੜਿਆਂ ਦੀ ਸਥਾਪਨਾ ਕਰਨੀ ਠੀਕ ਹੈ ਸਿੱਖ ਸਕੂਲ ਜਿਹੜਾ ਉਹ ਪਹਿਲਾ ਸਿੱਖ ਸਕੂਲ ਹੈ ਓਪਨ ਕਰਨਾ ਠੀਕ ਹੈ ਪਹਿਲਾ ਗੁਟਕਾ ਗੁਰੂ ਨਾਨਕ ਸਾਹਿਬ ਬਾਣੀ ਦਾ ਪਹਿਲਾ ਗੁਟਕਾ ਲਿਖਣਾ ਠੀਕ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਰਹਿ ਕੇ ਕੀਤੀਆਂ ਗਈਆਂ ਖਡੂਰ ਸਾਹਿਬ ਦੇ ਵਿੱਚ ਕਲੀਅਰ ਹਾਂਜੀ ਕੋਈ ਡਾਊਟ ਹੋਏ ਕਿਸੇ ਨੂੰ ਕੁਝ ਪੁੱਛਣਾ ਹੋਏ ਹਾਂਜੀ ਚਲੋ ਜੀ ਅੱਗੇ ਚਲੀਏ ਅੱਗੇ ਚਲੀਏ ਆ ਦੇਖੋ ਆ ਆਪਾਂ ਹੁਣੀ ਕੀਤਾ ਸੀ ਅਗੋइंदਵਾਲ ਸਾਹਿਬ ਹੈਨਾ ਗੋਇੰਦਵਾਲ ਸਾਹਿਬ ਹੈ ਜਿਹੜਾ ਉਹ ਸਭ ਤਹਿਸੀਲ ਦੇ ਵਿੱਚ ਪੈ ਜਾਂਦਾ ਠੀਕ ਹੈ ਤਹਿਸੀਲ ਦੇ ਵਿੱਚ ਨਹੀਂ ਆਂਦਾ ਤੇ ਜਦਕੀ ਖਡੂਰ ਤੇ ਤਹਿਸੀਲਾਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਤਾਂ ਗੋਇੰਦਵਾਲ ਸਾਹਿਬ ਹੈ ਜਿਹੜਾ ਸਭ ਤਹਿਸੀਲ ਦੇ ਵਿੱਚ ਆਂਦਾ ਇਸ ਚੀਜ਼ ਦਾ ਖਿਆਲ ਰੱਖਣਾ ਕੰਫਿਊਜ਼ ਨਹੀਂ ਹੋਣਾ ਜਦਕੀ ਖਡੂਰ ਸਾਹਿਬ ਹੈ ਜਿਹੜਾ ਉਹ ਤਹਿਸੀਲ ਦੇ ਵਿੱਚ ਆਂਦਾ ਚਾਰ ਜਿਹੜੀਆਂ ਤਹਿਸੀਲਾਂ ਨੇ ਠੀਕ ਹੈ ਚਾਰ ਤਹਿਸੀਲਾਂ ਨੇ ਤਰਨਤਾਰਨ ਪੱਟੀ ਖਡੂਰ ਸਾਹਿਬ ਤੇ ਪਿੱਖੀਵਿੰਡ ਤੇ ਚਲੋ ਜੀ ਨੈਕਸਟ ਚੱਲਦੇ ਆਂ ਨੈਕਸਟ ਆਪਾਂ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਕਰਨ ਵਾਲੇ ਆਂ ਆ 8 ਡਵੈਲਪਮੈਂਟ ਬਲੋਕਸ ਵੀ ਹੈਗੇ ਨੇ ਕੋਈ ਪੁੱਛ ਹੀ ਲੈਂਦਾ ਕਿ ਡਵੈਲਪਮੈਂਟ ਬਲੋਕ ਕਿੰਨੇ ਨੇ ਜੀ 8 ਹੈ ਹੁਣ ਆਪਾਂ ਅਗਲੀ ਆ ਚੀਜ਼ ਕਰਦੇ ਹਾਂ ਬਹੁਤ ਇੰਪੋਰਟੈਂਟ ਚੀਜ਼ ਥੈਟ ਇਜ਼ ਬਹੁਤ ਜ਼ਿਆਦਾ ਇੰਪੋਰਟੈਂਟ ਜਗਾ ਤਰਨਤਾਰਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਠੀਕ ਹੈ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਇੱਥੇ ਇੱਕ ਇਹਨਾਂ ਦਾ ਇਹਨਾਂ ਨੂੰ ਡਿਵੋਟਿਡ ਜਿਹੜਾ ਗੁਰਦੁਆਰਾ ਬਣਿਆ ਹੋਇਆ ਠੀਕ ਹੈ ਬਾਬਾ ਬੁੱਢਾ ਸਾਹਿਬ ਦਾ ਹੁਣ ਆਪਾਂ ਸਮਝਦੇ ਹਾਂ ਬਾਬਾ ਬੁੱਢਾ ਕੌਣ ਸੀਗੇ ਠੀਕ ਹੈ ਪਹਿਲੇ ਗ੍ਰੰਥੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦੀ ਗ੍ਰੰਥ ਦੀ ਸਥਾਪਨਾ ਕੀਤੀ ਉਹਦੇ ਬਾਅਦ ਪਹਿਲੇ ਗ੍ਰੰਥੀਆ ਜਿਹੜੇ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ ਬਾਬਾ ਬੁੱਢਾ ਜੀ ਇਹਨਾਂ ਦਾ ਜਿਹੜਾ ਨਾਮ ਸੀਗਾ ਉਹ ਸੀਗਾ ਦੈਟ ਇਜ਼ ਬੂਰਾ ਠੀਕ ਹੈ origignal ਨੇਮ ਵਾਸਤਾ ਬੂਰਾ ਠੀਕ ਹੈ ਬੂਰਾ ਨੂੰ ਜਿਹੜਾ ਨਾਮ ਜਿਹੜਾ ਬੁੱਢਾ ਸਿੰਘ ਦਿੱਤਾ ਉਹ ਕਿੰਨੇ ਦਿੱਤਾ ਸੀਗਾ ਉਹ ਗੁਰੂ ਸਹਿਬਾਨ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਨਾਮ ਹੈ ਉਹ ਦਿੱਤਾ ਸੀਗਾ ਬਾਬਾ ਬੁੱਢਾ ਉਹਨਾਂ ਬਾਬਾ ਬੁੱਢਾ ਨਾਮ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਕਿਉਂ ਦਿੱਤਾ ਕਿਉਂਕਿ ਇਹਦਾ ਰੀਜ਼ਨ ਇਹ ਸੀਗਾ ਕਿ ਚਾਈਲਡਹੂਡ ਤੋਂ ਹੀ ਚਾਈਲਡਹੂਡ ਤੋਂ ਹੀ ਬਾਬਾ ਬੁੱਢਾ ਜੀ ਜਿਹੜੇ ਆ ਬਹੁਤ ਜ਼ਿਆਦਾ ਮੈਚੁਰ ਗੱਲਾਂ ਕਰਦੇ ਸੀ ਮਤਲਬ ਬਹੁਤ ਜ਼ਿਆਦਾ ਇੰਟੈਲੀਜੈਂਸੀ ਵਾਲੀਆਂ ਗੱਲਾਂ ਕਰਦੇ ਸੀਗੇ ਬੜੀਆਂ ਸਿਆਣੀਆਂ ਗੱਲਾਂ ਕਰਦੇ ਸੀਗੇ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਛੋਟੇ ਸੀਗੇ ਇਹ ਉਦੋਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਜਿਹੜਾ ਨਾਮ ਹੈ ਦੇ ਦਿੱਤਾ ਥੈਟ ਇਜ਼ ਦਾ ਪਾਈ ਬੁੱਢਾ ਠੀਕ ਹੈ ਪਾਈ ਬੁੱਢਾ ਤੋਂ ਪਾਈ ਬੁੱਢਾ ਇੱਕ ਕੈਦੇ ਡਿਸਪਲ ਸੀਗੇ ਗੁਰੂ ਨਾਨਕ ਦੇਵ ਜੀ ਦੇ ਠੀਕ ਹੈ ਹੁਣ ਪਾਈ ਬੁੱਢਾ ਡਿਸਿਪਲ ਗੁਰੂ ਨਾਨਕ ਦੇਵ ਜੀ ਦੇ ਸੀਗੇ ਤੇ ਆਪਾਂ ਦੇਖੀਏ ਪਹਿਲੇ ਗੁਰੂ ਦੂਸਰੇ ਗੁਰੂ ਤੀਸਰੇ ਗੁਰੂ ਚੌਥੇ ਗੁਰੂ ਪੰਜਵੇਂ ਗੁਰੂ ਠੀਕ ਹੈ ਉਹਦੇ ਬਾਅਦ ਛੇਵੇਂ ਗੁਰੂ ਦੇ ਟੀਚਰ ਵੀ ਕੌਣ ਸੀਗੇ ਪਾਈ ਬੁੱਢਾ ਜੀ ਸਪਿਰਚੁਅਲ ਟੀਚਰ ਤੋਂ ਆਪਾਂ ਦੇਖੀਏ ਕਿ ਆਹ ਛੇ ਗੁਰੂਆਂ ਤੱਕ ਦੇ ਜਿਹੜੇ ਆਪਣੇ ਆਪ ਆਪਣਾ ਆਪਣਾ ਪੰ ਜਿਹੜਾ ਸਮਰਪਿਤ ਕੀਤਾ ਛੇ ਗੁਰੂਆਂ ਨੂੰ ਤੋਂ ਇਹ ਕੌਣ ਸੀ ਪਾਈ ਬੁੱਢਾ ਜੀ ਬਹੁਤ ਇੰਪੋਰਟੈਂਟ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਤੋਂ ਇਹਨਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਸੀਗਾ ਬੂਰਾ ਇਹਨਾਂ ਨੂੰ ਟਾਈਟਲ ਆ ਪਾਈ ਬੁੱਢਾ ਕਿਹਦੇ ਦੁਆਰਾ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਇਹਨਾਂ ਨੂੰ ਇਹ ਟਾਈਟਲ ਦਿੱਤਾ ਗਿਆ ਕਿਉਂ ਕਿ ਛੋਟੇ ਹੁੰਦੇ ਤੋਂ ਹੀ ਇਹਨਾਂ ਦਾ ਜਿਹੜਾ ਵਿਜ਼ਨਮ ਇਹਨਾਂ ਦੀ ਜਿਹੜੀ ਸਮੇਂਦਾਰੀ ਸੀਗੀ ਇੱਕ ਸਿਆਣੇ ਬੰਦੇ ਵਰਗੀ ਸੀਗੀ ਇਹਨਾਂ ਦਾ ਵਿਜ਼ਡਮ ਜਿਹੜਾ 올ਡ ਮੈਨ ਵਰਗਾ ਸੀਗਾ ਬਚਪਨ ਤੋਂ ਹੀ ਜਿਸ ਕਰਕੇ ਇਹਨਾਂ ਦਾ ਨਾਮ ਆ ਪਾਈ ਬੁੱਢਾ ਨਾਨਕ ਜੀ ਦੇ ਇਹਨਾਂ ਦਾ ਨਾਮ ਦਿੱਤਾ ਠੀਕ ਹੈ ਆ ਪਹਿਲੇ ਗਰੰਥੀ ਸੀਗੇ ਪਹਿਲੇ ਗ੍ਰੰਥੀ ਸੀਗੇ 골ਡਨ ਟੈਂਪਲ ਦੇ ਵਿੱਚ 골ਡਨ ਟੈਂਪਲ ਦੇ ਵਿੱਚ 1604 ਦੇ ਵਿੱਚ ਆਦੀ ਗ੍ਰੰਥ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ 1604 ਦੇ ਵਿੱਚ ਆਦੀ ਗ੍ਰੰਥ ਦੀ ਸਥਾਪਨਾ ਕੀਤੀ ਗਈ ਸੀ ਸਥਾਪਨਾ ਨਹੀਂ ਇੰਸਟਾਲ ਕੀਤਾ ਗਿਆ ਸੀ ਆਦੀ ਗ੍ਰੰਥ ਹੈ ਆਦੀ ਗ੍ਰੰਥ 1604 ਦੇ ਵਿੱਚ ਦਰਬਾਰ ਸਾਹਿਬ ਯਾਨੀ 골ਡਨ ਟੈਂਪਲ ਦੇ ਵਿੱਚ ਇੰਸਟਾਲ ਕੀਤਾ ਗਿਆ ਸੀ ਤੇ ਪਹਿਲੇ ਗ੍ਰੰਥੀ ਪਹਿਲੇ ਪਰੀਸਟ ਜਿਹੜੇ ਆ ਉਹ ਕਿੰਨਾਂ ਨੂੰ ਬਣਾਇਆ ਗਿਆ ਸੀਗਾ ਭਾਈ ਬੁੱਢਾ ਜੀ ਨੂੰ ਕਹਿੰਦੇ ਦੁਆਰਾ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਬਹੁਤ ਜ਼ਿਆਦਾ ਇੰਪੋਰਟੈਂਟ ਬਹੁਤ ਹੀ ਇੰਪੋਰਟੈਂਟ ਓਕੇ ਹੁਣ ਦੂਸਰੇ ਪੁਆਇੰਟ ਤੇ ਆਨੇ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਦੂਸਰੀ ਜਿਹੜੀ ਜਗ੍ਹਾ ਇੰਪੋਰਟੈਂਟ ਹੈ ਦੈਟ ਇਜ਼ ਆ ਥੋਮਸ ਚਰਚ ਥੋਮਸ ਚਰਚ ਕਾਫੀ ਸਾਰੀ ਕਾਫੀ ਸਾਲ ਪੁਰਾਣੀ ਚਰਚ ਹੈ ਐਂਡ 1836 ਦੇ ਵਿੱਚ ਇਹ ਚਰਚ ਜਿਹੜੀ ਬਿਲਡ ਕੀਤੀ ਗਈ ਸੀਗੀ ਔਰ ਇਹ ਚਰਚ ਜਿਹੜਾ ਲਾਹੌਰ ਦਾ ਬਿਸ਼ਪ ਸੀਗਾ ਜਿਸ ਤਰ੍ਹਾਂ ਮਤਲਬ ਉਸ ਸਮੇਂ ਦੇ ਹੋਗੇ ਬਿਸ਼ਪ ਠੀਕ ਹੈ ਪਾਦਰੀ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਲਾਹੌਰ ਦਾ ਜਿਹੜਾ ਜਿਹੜਾ ਪਾਦਰੀ ਸੀਗਾ ਬਿਸ਼ਪ ਸੀਗਾ ਉਹਦੇ ਅੰਡਰ ਇਸ ਚਰਚ ਦੀ ساری ਪ੍ਰੋਵੀਜ਼ਨ ਆਂਦੀ ਹੁੰਦੀ ਸੀ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਪੀਡਬਲਯੂਡੀ ਹਾਊਸ ਜਿਹੜਾ ਇਹਦੇ ਬਿਲਕੁਲ ਲੱਗੇ ਹੀ ਬਣਿਆ ਹੋਇਆ ਐਂਡ ਇਹ ਬਹੁਤ ਇੰਪੋਰਟੈਂਟ ਚੀਜ਼ ਐ ਥੈਟ ਇਜ਼ ਅ ਪੱਟੀ ਕਿਲਾ ਪੱਟੀ ਦਾ ਕਿਲਾ ਇਹਨੂੰ ਕਹਿੰਦੇ ਪੱਟੀ ਕਿਲਾ ਬਹੁਤ ਜ਼ਿਆਦਾ ਇੰਪੋਰਟੈਂਟ ਐ ਤੋ ਜਿਹੜੀ ਪੱਟੀ ਕਿਲਾ ਜਿਹੜੀ ਫੈਜ਼ਲਪੁਰਿਆ ਜਿਹੜੀ ਮਿਸਲ ਸੀਗੀ ਇੱਥੇ ਕਬਜ਼ਾ ਉਹਨਾਂ ਦਾ ਸੀਗਾ ਠੀਕ ਐ ਫੈਜ਼ਲਪੁਰਿਆ ਮਿਸਲ ਦੇ ਜਿਹੜੇ ਫਾਊਂਡਰ ਸੀਗੇ ਠੀਕ ਐ ਨਵਾਬ ਕਪੂਰ ਸਿੰਘ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹਦਾ ਨਾਮ ਸੀਗਾ ਖੁਸ਼ਹਾਲ ਸਿੰਘ ਉਹਦਾ ਨਾਮ ਕੀ ਸੀ ਖੁਸ਼ਹਾਲ ਸਿੰਘ ਠੀਕ ਹੈ ਖੁਸ਼ਹਾਲ ਸਿੰਘ ਉਹਨੇ ਇਹਦੇ ਤੇ ਕਬਜ਼ਾ ਕੀਤਾ ਸੀਗਾ ਪੱਟੀ ਕਿਲੇ ਤੇ ਔਰ ਇਹ ਕਿਦੇ ਕੋ ਛਡਵਾਇਆ ਸੀਗਾ ਪਠਾਨਾਂ ਕੋਲੋਂ ਪਠਾਨਸ ਦਾ ਰੂਲ ਸੀਗਾ ਇਸ ਜਗ੍ਹਾ ਦੇ ਉੱਤੇ ਠੀਕ ਹੈ ਉੱਥੋਂ ਦੀ ਛਡਵਾਇਆ ਕਿੰਨੇ ਛਡਵਾਇਆ ਫੈਜ਼ਲਪੁਰੀਆ ਮਿਸਲ ਦੇ ਫਾਊਂਡਰ ਦੇ ਭਤੀਜੇ ਨੇ 댓 ਇਜ਼ ਆ ਉਹਦਾ ਨਾਮ ਕੀ ਸੀਗਾ 댓 ਇਜ਼ ਖੁਸ਼ਹਾਲ ਸਿੰਘ ਨੇ ओके okay, पठाना तो छड़वाया बाद विच महाराजा रणजीत सिंह ने अपनी आर्मी भेज के अपनी आर्मी भेज के मोहकम चंद दी मोहकम चंद दी कमांड हेठ इस किले ते जेड़ा अपना कब्जा कीता उनु की कनेया पट्टी किला ठीक है पट्टी किला तो फैजलपुरिया ते फैजलपुरिया यानी सिंहपुरिया मिसल ठीक है नवाब कपूर सिंह दीडी मिसल सी ओदे ते अटैक करके जेड़ा महाराजा रणजीत सिंह ने इस किले ते जेड़ा कब्जा कीता सिगा कदो कब्जा कीता सिगा कब्जा 1811 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜਿਹੜਾ ਟਾਈਟਲ ਮਹਾਰਾਜਾ ਦਾ 1801 ਦੇ ਵਿੱਚ ਜਿਹੜਾ ਟਾਈਟਲ ਲੈ ਲਿਆ ਸੀਗਾ ਠੀਕ ਹੈ 1801 ਦੇ ਵਿੱਚ ਟਾਈਟਲ ਲੈ ਲਿਆ ਸੀਗਾ ਕਲੀਅਰ ਹੈ ਓਕੇ ਥਿਸ ਇਜ਼ ऑल अबाउट ਇਟ ਓਕੇ ਤੇ ਇਹ ਵੀ ਇੱਕ ਸੁਣਨ ਨੂੰ ਮਿਲਦਾ ਹੈ ਕਿ ਅ ਇਸ ਕਿਲੇ ਤੇ ਕੋਈ ਕਬਜ਼ਾ ਨਾ ਕਰ ਲੇ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਜਿਹੜੀ ਆਊਟਰ ਵਾਲ ਆ ਉਹ ਸਾਰੀ ਜਿਹੜੀ ਆ ਉਹ ਢਗਵਾ ਦਿੱਤੀ ਸੀ ਆウター ਵਾਲ ਜਿਹੜੀ ਸਾਰੀ ਖਤਮ ਆ ਤੁਸੀਂ ਦੇਖ ਰਹੇ ਹੋ ਆਕਿਲਾ ਇਹਦੀ ਆウター ਵਾਲ ਜੀ ਸੀਗੀ ਇੱਕ ਉਹ ਸਾਰੀ ਜਿਹੜੀ ਇਹਦੀ ਆウター ਵਾਲ ਆ ਉਹ ਖਤਮ ਕਰਵਾ ਦਿੱਤੀ ਗਈ ਸੀ ਕਦੀ ਜਾਓ ਤੇ ਇੱਥੇ ਜ਼ਰੂਰ ਤੁਸੀਂ ਪੁਲਕਿਆਣਾ ਅ ਇੱਥੇ ਜ਼ਰੂਰ ਤੁਸੀਂ ਘੁੰਮ ਕੇ ਆਣਾ ਇੱਥੇ ਜ਼ਰੂਰ ਤੁਸੀਂ ਘੁੰਮ ਕੇ ਆਣਾ ਪੁਲਕੇ ਨਹੀਂ ਆਣਾ ਘੁੰਮ ਕੇ ਆਣਾ ਕਲੀਅਰ ਓਕੇ ਡਨ ਠੀਕ ਹੈ ਥੋੜਾ ਜਿਹਾ ਸੈਂਸਿਟੀਵਿਟੀ ਦੀ ਰਿਪੋਰਟ ਦੇਖ ਲੈਣੇ ਕਿ ਸੈਂਸਿਟੀਵਿਟੀ ਦੀ ਰਿਪੋਰਟ ਕੀ ਕਹਿੰਦੀ ਹੈ ਠੀਕ ਹੈ ਥੋੜੀ ਜਿਹੀ ਸੈਂਸਿਟੀਵਿਟੀ ਦੀ ਰਿਪੋਰਟ ਦੇਖ ਲੈਣੇ ਇੱਥੇ ਤੱਕ ਡਨ ਆ ਜੀ ਉਤੇ ਬੈਰ ਰੀਵਿਜ਼ਨ ਕਰਾਂਗੇ ਪਾਪੂਲੇਸ਼ਨ ਖਡੂਰ ਸਾਹਿਬ ਦੀ ਉਹ 1119627 11196627 ਜਿਹੜੀ ਪਾਪੂਲੇਸ਼ਨ ਸੀਗੀ ਖਡੂਰ ਸਾਹਿਬ ਦੀ ਜੇ ਆਪਾਂ ਦੂਸਰੇ ਪੁਆਇੰਟ ਦੀ ਗੱਲ ਕਰੀਏ ਦੂਸਰਾ ਪੁਆਇੰਟ ਥੈਟ ਇਜ਼ ਅ ਡੈਂਸਿਟੀ ਇਹਦੀ ਡੈਂਸਿਟੀ ਜਿਹੜੀ ਹੈਗੀ ਹੈ ਪਾਪੂਲੇਸ਼ਨ ਡੈਂਸਿਟੀ ਥੈਟ ਇਜ਼ 464 ਪਾਪੂਲੇਸ਼ਨ ਡੈਂਸਿਟੀ ਕਿੰਨੀ ਹੈ 464 ਠੀਕ ਹੈ ਪਰਸਨ ਪਰ ਸਕਰ ਕਿਲੋਮੀਟਰ ਇਹਨੂੰ ਕਹਿ ਦੇਣੇ ਆਪਾਂ ਪਾਪੂਲੇਸ਼ਨ ਡੈਨਸਿਟੀ ਸੈਕਸ ਰੇਸ਼ਿਓ ਹੈਗੀ ਆ 900 900 ਠੀਕ ਹੈ ਲਿਟਰੇਸੀ ਰੇਟ ਦੀ ਗੱਲ ਕਰੀਏ ਐਵਰੇਜ ਲਿਟਰੇਸੀ ਰੇਟ ਜਿਹੜਾ ਕਿ 75 ਸੀਗਾ ਉਹਦੇ ਤੋਂ ਕਿਤੇ ਜ਼ਿਆਦਾ ਨੀਚੇ ਆ ਯਾਨੀ 66.81 ਇੱਥੋਂ ਦਾ ਲਿਟਰੇਸੀ ਰੇਟ ਆ ਜਿਹੜਾ ਕਿ ਘੱਟ ਮੰਨਿਆ ਜਾਂਦਾ ਐਵਰੇਜ ਨਾਲੋਂ ਘੱਟ ਆ ਤੁਸੀਂ ਦੇਖਿਆ ਅੰਮ੍ਰਿਤਸਰ ਦਾ ਜ਼ਿਆਦਾ ਸੀ 76 ਸੀਗਾ ਅੰਮ੍ਰਿਤਸਰ ਦਾ ਠੀਕ ਹੈ ਫੀਮੇਲ ਲਿਟਰੇਸੀ ਰੇਟ ਪੂਰੇ ਪੰਜਾਬ ਦਾ ਉਹ 70 ਆ ਅਪਰੋਕਸੀਮੇਟਲੀ 70.ਸਮਥਿੰਗ ਆ ਯਾਨੀ ਉਹਦੇ ਤੋਂ ਵੀ ਘੱਟ ਆ ਜਿਹੜਾ ਇਹਦਾ ਇੱਥੋਂ ਦਾ ਟੋਟਲ ਲਿਟਰੇਸੀ ਰੇਟ ਆ ਠੀਕ ਹੈ ਹੁਣ ਆਪ ਗੋਇਂਦਵਾਲ ਪਾਵਰ ਪਲਾਂਟ ਦੀ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੋਂ ਪੇਪਰ ਦੇ ਵਿਚਾਰਨ ਵਾਲੇ ਕੁਐਸਚਨ ਹੁੰਦੇ ਨੇ। ਗੋਇਂਦਵਾਲ ਪਾਵਰ ਪਲਾਂਟ ਜਿਹੜਾ ਕਿ ਕੋਲ ਫਾਇਰਡ ਪਲਾਂਟ ਹੈ ਯਾਨੀ ਇਹਦੇ ਵਿੱਚ ਕੋਲਾ ਯੂਜ਼ ਹੁੰਦਾ ਔਰ ਇੱਥੇ ਜਿਹੜਾ ਕੋਲਾ ਯੂਜ਼ ਹੁੰਦਾ ਕਿੱਥੋਂ ਆਂਦਾ? ਇਹ ਕੋਲਾ ਆਂਦਾ ਝਾਰਖੰਡ ਤੋਂ। ਝਾਰਖੰਡ ਦੇ ਵਿੱਚ ਕਿਹੜੀਆਂ ਮਾਈਨਸ ਨੇ? ਆਹ ਮਾਈਨਸ ਜਿਹੜੀਆਂ ਯਾਦ ਕਰ ਲੈਣਾ ਟੋਕੀ ਸੂਧ ਮਾਈਨ, ਟੋਕੀ ਸੂਧ ਐਂਡ ਸਹਰੇਗਾੜਾ ਕੋਲ ਮਾਈਨ। ਸਹਰੇਗਾੜਾ ਟੋਕੀ ਸੂਧ ਆ ਦੋ ਕੋਲ ਮਾਈਨਸ ਨੇ ਝਾਰਖੰਡ ਦੀਆਂ। ਟੋਕੀ ਸੂਧ ਐਂਡ ਸਹਰੇਗਾੜਾ ਆ ਦੋ ਮਾਈਨਸ ਨੇ ਚਾਰਖੰਡ ਦੇ ਜਿੱਥੋਂ ਕੋਲਾ ਆਂਦਾ ਇਹ ਕੋਲੇ ਨਾਲ ਕੀ ਚੱਲਦਾ ਗੋਵਿੰਦ ਪਾਵਰ ਗੋਵਿੰਦਵਾਲ ਪਾਵਰ ਪਲਾਂਟ ਗੋਵਿੰਦਵਾਲ ਥਰਮਲ ਪਾਵਰ ਪਲਾਂਟ ਕਹਿ ਦਿੰਦੇ ਨੇ ਕਿਉਂਕਿ ਥਰਮਲ ਅਰਜੀ ਨਾਲ ਚੱਲਦਾ ਇਹਨੂੰ ਇਹ ਕੋਲ ਬੇਸ ਜਿਹੜਾ ਥਰਮਲ ਪਾਵਰ ਪਲਾਂਟ ਹੈ ਇਹਨੂੰ ਕੌਣ ਚਲਾ ਰਿਹਾ ਕਿਹੜੀ ਕੰਪਨੀ ਹੈ ਥੈਟ ਇਜ਼ ਅ ਜੀ ਵੀ ਕੇ ਜੀ ਵੀ ਕੇ ਗਰੁੱਪ ਹੈ ਇਸ ਪਾਵਰ ਪਲਾਂਟ ਨੂੰ ਜਿਹੜੀ ਆਪਰੇਟ ਕਰ ਰਹੀ ਹੈ ਕਿਹੜੀ ਜੀ ਵੀ ਕੇ ਅਗਰ ਫੇਮਸ ਪਰਸਨੈਲਿਟੀਜ਼ ਦੀ ਗੱਲ ਕਰੀਏ ਕੌਣ ਸੀਗੇ ਜਿਹੜੇ ਤਰਨ ਤਰਨ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੋਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਨਾਮ ਖਟਿਆ ਹਾਂਜੀ ਕੌਣ ਸੀਗੇ ਸੋਨ ਸਿੰਘ ਬਕਨਾ ਸਾਰਿਆਂ ਨੂੰ ਪਤਾ ਹੈ ਸੋਨ ਸਿੰਘ ਬਕਨਾ ਹਾਂਜੀ ਕੌਣ ਸੀ ਸੋਨ ਸਿੰਘ ਬਕਨਾ ਉਹ ਵਾਜ਼ ਸੋਨ ਸਿੰਘ ਬਕਨਾ ਗਦਰ ਪਾਰਟੀ ਦੇ ਕੋ ਫਾਊਂਡਰ ਹੀ ਵਾਜ਼ ਕੋ ਫਾਊਂਡਰ ਆਫ ਦਾ ਗਦਰ ਪਾਰਟੀ ਥੈਟ ਇਜ਼ ਦਾ ਸੋਨ ਸਿੰਘ ਬਕਨਾ ਠੀਕ ਹੈ ਸੋਨ ਸਿੰਘ ਬਕਨਾ ਰਿਲੇਟ ਕਿਹਦੇ ਨਾਲ ਕਰਾਂਗੇ ਗਦਰ ਪਾਰਟੀ ਨਾਲ ਓਕੇ ਬੱਬਾ ਗੁਰਦੀਪ ਸਿੰਘ ਇਹਨਾਂ ਬਾਰੇ ਤਾਂ ਕਿਹਨੂੰ ਨਹੀਂ ਪਤਾ ਜਿਹੜਾ ਕਾਮਾਗਾ ਔਟੋ ਮਾਰੂ ਦਾ ਜਾਜ ਲੈ ਕੇ ਲੋਕਾਂ ਦੀ ਹੈਲਪ ਕਰਨੀ ਠੀਕ ਹੈ ਜਾਜ ਲੈ ਕੇ ਤੇ ਜਿਹੜੇ ਇੰਡੀਅਨ ਸੀਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਥੋੜਾ ਪਾਣੀ ਪੀਲਾਮ ਨੈਕਸਟ ਕੋਣ ਹੈ ਬਾਬਾ ਗੁਰਜੀਤ ਸਿੰਘ ਇਹਨਾਂ ਨੂੰ ਕੋਣ ਨਹੀਂ ਜਾਣਦਾ ਕਾਮਾਗਾਟਾ ਮਾਰੂ ਠੀਕ ਹੈ ਜਿਹੜਾ ਕਿ ਜਪਾਨੀ ਸਟ੍ਰੀਮਰ ਸੀਗਾ ਇਹਨੂੰ ਬਾਈ ਕਰਕੇ ਆ ਇੰਡੀਅਨਸ ਨੂੰ ਕੈਂਡਾ ਲੈ ਕੇ ਗਿਆ ਉੱਥੇ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ ਵਾਪਸ ਜਾ ਆਇਆ ਬਜਬਜ ਪੋਰਟ ਤੇ ਜਿਹੜਾ ਬਜਬਜ ਪੋਰਟ ਜਿਹੜਾ ਬੰਗਾਲ ਦੇ ਵਿੱਚ ਹੈ ਪੱਛਮੀ ਬੰਗਾਲ ਦੇ ਵਿੱਚ ਉੱਥੇ ਜਾ ਜਿਹੜਾ ਡੋਕ ਹੋਇਆ ਉਹਦੇ ਬਾਅਦ ਜਿਹੜੇ ਦੰਗੇ ਹੋਏ ਤੋਂ ਇਹ ਸਾਰੇ ਸਾਰੇ ਇਹਨਾਂ ਨੂੰ ਜਾਣਦੇ ਨੇ ਠੀਕ ਹੈ ਤੋਂ ਬਾਬਾ ਗੁਰਜੀਤ ਸਿੰਘ ਇੱਥੋਂ ਦੇ ਸੀ ਦਾਰਾ ਸਿੰਘ ਪਹਿਲਵਾਨ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ ਉਦਾਰਾ ਸਿੰਘ ਪਹਿਲਵਾਨ ਵਾਜ਼ ਆਲਸੋ ਫਰੋਮ ਦਾ ਤਰਨ ਤਰਨ ਹੁਣ ਆਪਾਂ ਗੱਲ ਕਰਦੇ ਆਂ ਪ੍ਰਤਾਪ ਸਿੰਘ ਕੈਰੋਂ ਦੀ ਹੂ ਵਾਸ ਅ ਪ੍ਰਤਾਪ ਸਿੰਘ ਕੈਰੋਂ ਪ੍ਰਤਾਪ ਸਿੰਘ ਕੈਰੋਂ ਵਾਸ ਦਾ ਸੀਐਮ ਸੀਐਮ ਹੀ ਵਾਸ ਦਾ ਸੀਐਮ ਆਫ ਦਾ ਪੰਜਾਬ ਇਹ ਚੀਫ ਮਿਨਿਸਟਰ ਰਹ ਚੁਕੇ ਨੇ ਪੰਜਾਬ ਦੇ ਪ੍ਰਤਾਪ ਸਿੰਘ ਕੈਰੋਂ ਅਦੇਸ਼ ਪ੍ਰਤਾਪ ਸਿੰਘ ਇਹਨਾਂ ਦੇ ਹੀ ਬੇਟੇ ਨੇ ਠੀਕ ਹੈ ਤੋਂ ਪ੍ਰਤਾਪ ਸਿੰਘ ਕੈਰੋਂ ਦੀ ਆਪਾਂ ਜੀ ਖਾਸੀਅਤ ਦੀ ਗੱਲ ਕਰੀਏ ਕਿ 1966 ਦੇ ਵਿੱਚ ਜਦੋਂ ਦੇਸ਼ ਦੀ ਵੰਡ ਦੇਸ਼ ਦੀ ਨਹੀਂ ਸੋਈ ਪੰਜਾਬ ਦੀ ਜਦੋਂ ਟ੍ਰਾਈਫਰਕੇਸ਼ਨ ਹੋਈ ਹੈ ਉਸ ਤੋਂ ਪਹਿਲਾਂ 65 ਦੇ ਵਿੱਚ ਇਹ ਜਿਹੜੇ ਸੀਐਮ ਸੀਗੇ ਪੰਜਾਬ ਦੇ ਪ੍ਰਤਾਪ ਸਿੰਘ ਕੈਰੋ ਓਕੇ ਹੁਣ ਆਪਾਂ ਅਗਲੇ ਪੁਆਇੰਟ ਤੇ ਚੱਲਦੇ ਆ ਆਹ ਪਸਨਲਿਟੀਆਂ ਫੇਮਸ ਕਿਥੋਂ ਦੀਆਂ ਤਰਨਤਾਰਨ ਤੋਂ ਹੁਣ ਆਪਾਂ ਅੱਗੇ ਗੱਲ ਕਰੀਏ ਪੰਜਾਬ ਦਾ ਮਹਾਪੈਕ ਤੋਂ ਪੰਜਾਬ ਦਾ ਮਹਾਪੈਕ ਲੈਣ ਲਈ ਤੁਹਾਨੂੰ ਕੀ ਕਰਨਾ ਪਏਗਾ ਵਾਏ 354 ਦਾ ਕੋਡ ਲਗਾਉਣਾ ਪਏਗਾ ਪੰਜਾਬ ਦੇ ਮਹਾਪੈਕ ਦੇ ਵਿੱਚ ਕੀ ਚੀਜ਼ ਹੈ ਪੰਜਾਬ ਦੇ ਮਹਾਪੈਕ ਦੇ ਵਿੱਚ ਬਹੁਤ ਸਾਰੀ ਨੋਲਿਜ ਆ ਬਹੁਤ ਸਾਰੀ ਨੋਲਿਜ ਦਾ ਮਤਲਬ ਕੀ ਹੋ ਗਿਆ ਹਰ ਇੱਕ ਬੈਚ ਜਿਹੜਾ ਵੀ ਗਾਹਾਂ ਬਨਣਾ ਹੈ ਉਹ ਇਹਦੇ ਵਿੱਚ ਐਡ ਹੋ ਜਾਊਗਾ ਜਿਹੜੇ ਬੈਚ ਪੁਰਾਣੇ ਹੈਗੇ ਆ ਉਹ ਵੀ ਤੁਹਾਨੂੰ ਮਿਲ ਜਣੇ ਨੇ ਦੂਸਰੀ ਗੱਲ ਪੰਜਾਬ ਮਹਾ ਪੈਕ ਦੇ ਵਿੱਚ ਐਮਸੀਕਿਊ ਈ-ਬੁੱਕ ਟੈਸਟ ਸੀਰੀਜ਼ ਇਹ ਸਾਰਾ ਕੁਝ ਜਿਹੜਾ ਇਸ ਪੈਕ ਦੇ ਵਿੱਚ ਆ ਇਸ ਪੈਕ ਨੂੰ ਲੈਣ ਲਈ 9354 ਦਾ ਕੋਡ ਮੈਂ बार-बार ਕਿਉਂ ਦੱਸਦਾ ਕਿਉਂਕਿ ਇਸ ਕੋਡ ਨਾਲ ਤੁਹਾਨੂੰ ਜਿਹੜਾ ਡਿਸਕਾਊਂਟ ਮਿਲਦਾ ਉਹ ਬਹੁਤ ਹੈਵੀ ਡਿਸਕਾਊਂਟ ਹੁੰਦਾ ਤੋ 77% ਪਲੱਸ ਦਾ ਡਿਸਕਾਊਂਟ ਹੁੰਦਾ ਆਮ ਤੌਰ ਤੇ ਜਿਹੜਾ ਕੋਡ ਉੱਥੇ ਦਿੱਤਾ ਹੁੰਦਾ ਉਹਦੇ ਵਿੱਚ ਡਿਸਕਾਊਂਟ ਘਟ ਹੁੰਦਾ ਇਹਦੇ ਤੇ ਡਿਸਕਾਊਂਟ ਇਸ ਕੋਡ ਨਾਲ ਤੁਹਾਨੂੰ ਡਿਸਕਾਊਂਟ ਜ਼ਿਆਦਾ ਮਿਲਦਾ ਹੈ ਕਲੀਅਰ ਕਲੀਅਰ ਓਕੇ ਤੋਂ ਪੰਜਾਬ ਦਾ ਮਹਾਪੈਕ ਤੁਸੀਂ ਲੈ ਸਕਦੇ ਹੋ ਜਿਹੜਾ ਕਿ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਚਾਰ ਚੰਨ ਲਗਾਊਗਾ ਓਕੇ ਅਗਲੇ ਆਪਾਂ ਪੁਆਇੰਟ ਤੇ ਗੱਲ ਕਰੀਏ ਦੇਖਦੇ ਆ ਅੱਗੇ ਸਾਡੇ ਕੋਲ ਕੀ ਆ ਠੀਕ ਹੈ ਅੱਗੇ ਸਾਡੇ ਕੋਲ ਕੀ ਆ ਅੱਗੇ ਐਸਆਈ ਕਨਸਟੇਬਲ ਦਾ ਬੈਚ ਐਸਆਈ ਕਨਸਟੇਬਲ ਦਾ ਬੈਚ ਐਸਆਈ ਦਾ ਪੇਪਰ ਫਿਰ ਧੋਣਾ ਹੈ ਐਸਆਈ ਦਾ ਪੇਪਰ ਫੇਰ ਤੋਂ ਆ ਦੇਖਸ਼ ਜੋ ਜੋ ਸ਼ੀਜ਼ ਇਟ ਇੰਪੋਰਟੈਂਟ ਫੋਰ ਐਗਜ਼ਾਮ ਬਿਲਕੁਲ ਜੀ ਇੰਪੋਰਟੈਂਟ ਹੈ ਕਿਉਂ ਨਹੀਂ ਇੰਪੋਰਟੈਂਟ ਤੁਹਾਨੂੰ ਪੂਰਾ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਇੰਪੋਰਟੈਂਟ ਕੁਐਸਚਨ ਸਾਰੇ ਕਰਵਾ ਦਿੱਤੇ ਇਹ ਵੀ ਦੱਸ ਦਿੱਤਾ ਕਿਹੜੇ ਕਿਹੜੇ ਤੇ ਕੱਲ ਨੂੰ ਜੇ ਆਈ ਜਾਏ ਮੱਲਖਾੜਾ ਸਾਰਿਆਂ ਨੂੰ ਪਹਿਲਾ ਮੱਲਖਾੜਾ ਕਿੱਥੇ ਖੋਲਿਆ ਗਿਆ ਇਹਦਾ ਤੁਹਾਨੂੰ ਪਤਾ ਹੈ ਮੱਲਖਾੜਾ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤੇ ਸੀ ਬਟ ਸਾਰਿਆਂ ਨੂੰ ਪਹਿਲਾ ਜਿਹੜਾ ਕਿੱਥੇ ਇਨੀਸ਼ੀਏਟ ਕੀਤਾ ਗਿਆ ਉਹ ਤਾਂ ਨਹੀਂ ਸੀ ਨਾ ਪਤਾ ਹੋ ਨਹੀਂ ਸੀ ਨਾ ਪਤਾ ਪਤਾ ਲੱਗ ਗਿਆ ਹੁਣ ਦੈਟਸ ਇਟ ਠੀਕ ਹੈ ਟੈਕਨੀਕਲ ਕਨਸਟੇਬਲ ਲਈ ਟੈਕਨੀਕਲ ਐਸਆਈ ਲਈ ਅਬ ਬੈਚ ਜਿਹੜਾ ਲਾਈਵ ਹੋ ਚੁੱਕਿਆ ਹੈ ਇਸ ਬੈਚ ਨੂੰ ਤੁਸੀਂ ਲੈ ਸਕਦੇ ਹੋ ਕੋਡ Y354 ਲਗਾ ਲਿਓ ਇਸ ਕੋਡ ਨਾਲ ਜਿਹੜਾ ਡਿਸਕਾਊਂਟ ਜਿਹੜਾ ਉਹ ਮਿਲਣਾ ਵਾ ਔਰ ਆਪਣੀ ਤਿਆਰੀ ਜਿਹੜੀ ਨਾਪ ਕੇ ਰੱਖੋ ਜਿੰਨੀ ਜ਼ਿਆਦਾ ਤਿਆਰੀ ਕਰੋਗੇ ਉਨੀ ਛੇਤੀ ਜਿਹੜਾ ਜਿਹੜਾ ਮੁਕਾਮ ਜਿਹੜੀ ਮੰਜ਼ਿਲ ਆ ਉਨੀ ਛੇਤੀ ਤੁਹਾਨੂੰ ਹਾਸਲ ਹੋ ਜਾਏਗੀ ਤਾਂ ਮੰਜ਼ਿਲ ਨੂੰ ਪਾਨ ਲਈ ਕੁਝ ਕਰਨਾ ਪੈਂਦਾ ਠੀਕ ਹੈ ਮੰਜ਼ਿਲ ਨੂੰ ਪਾਨ ਲਈ ਕੁਝ ਕਰਨਾ ਪੈਂਦਾ ਹੈ ਤੇ ਜਦੋਂ ਆਪਾਂ ਕੁਝ ਕਰਦੇ ਆ ਨਾ ਫੇਰ ਹੀ ਉਹਦਾ ਕੋਈ ਰਿਜ਼ਲਟ ਮਿਲਦਾ ਹੈ। ਓਕੇ। ਓਕੇ ਚਲੋ ਜੀ ਅ ਅੱਗਾ ਚੱਲਦੇ ਆ। ਠੀਕ ਹੈ। ਆ ਆਪਣਾ ਟਾਈਮ ਹੋ ਗਿਆ। ਬਾਏ ਬਾਏ ਕੇ ਅੰਦਰ ਟਾਈਮ ਹੋ ਗਿਆ। ਕਲਰਕ ਦਾ ਬੈਚ ਤੇ ਉਹਦੇ ਵਾਸਤੇ ਤੁਹਾਨੂੰ ਧੰਨਵਾਦ ਪਹਿਲਾਂ ਵੀ ਕਰ ਚੁੱਕੇ ਆ ਫਿਰ ਤੋਂ ਧੰਨਵਾਦ ਤੇ ਹੁਣ ਨਵੀਆਂ ਸੀਟਾਂ ਪੰਜਾਹ ਜਿਹੜੀਆਂ ਓਪਨ ਕਰ ਦਿੱਤੀਆਂ ਆ ਆ ਸੀਟਾਂ ਤੁਸੀਂ ਅਵੇਲ ਕਰ ਸਕਦੇ ਹੋ। ਔਰ ਇਹ ਸੀਟਾਂ ਨੂੰ ਲੈਣ ਲਈ 9354 ਦਾ ਕੋਡ ਲਗਾ ਲਿਓ ਔਰ ਡੇਲੀ ਦੀ 5 ਘੰਟੇ ਦੀ ਕਲਾਸ ਇਹਦੇ ਵਿੱਚ ਚੱਲਦੀ ਪਈ ਹੈ। ਔਰ ਤੁਸੀਂ ਇਸ ਕੋਡ ਦੇ ਨਾਲ ਤਿਆਰੀ ਆਪਣੀ ਜਿਹੜੀ ਕੰਟੀਨਿਊ ਕਰ ਸਕਦੇ ਹੋ ਇਸ ਕੋਡ ਨਾਲ ਬੈਚ ਜਿਹੜਾ ਸਿਰਫ 1200 ਰੁਪਏ ਦਾ ਪੈ ਰਿਆ 1210 20 ਰੁਪਏ ਉੱਪਰ ਥੱਲੇ ਹੋਣਗੇ ਠੀਕ ਹੈ ਸੋ ਥਿਸ ਇਜ਼ ਆਲ ਫॉर ਟੂਡੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਤੇ ਕੱਲ ਫੇਰ ਮਿਲਦੇ ਹਾਂ ਕੱਲ ਸਵੇਰੇ 9 ਵਜੇ ਪੀਐਸਪੀਸੀਐਲ ਮੌਕ ਦੇ ਵਿੱਚ ਤੇ ਕੱਲ ਸ਼ਾਮ ਨੂੰ ਜਿਹੜੀ ਨਵੀਂ ਡਿਸਟ੍ਰਿਕਟ ਦੀ ਗੱਲ ਕਰਾਂਗੇ ਕਾਹਦਾ ਆਪਾਂ ਗੱਲ ਕਰਾਂਗੇ ਡਿਸਟ੍ਰਿਕਟ ਨਵੀਂ ਦੀ ਠੀਕ ਹੈ ਉਹ ਦੇਖਦੇ ਹਾਂ ਕੱਲ ਕਿਹੜੀ ਡਿਸਟ੍ਰਿਕਟ ਦੀ ਆਪਾਂ ਗੱਲ ਕਰਨੀ ਹੈ ਅੱਜ ਦਾ ਸੈਸ਼ਨ ਤੁਹਾਡਾ ਤੁਹਾਨੂੰ ਕਿਹੋ ਜਿਹਾ ਲੱਗਿਆ ਇਸ ਸੈਸ਼ਨ ਬਾਰੇ ਤੁਹਾਡਾ ਕੀ ਵਿਚਾਰ ਹੈ ਤੇ ਜਿਹੜੇ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸੁਝਾਅ ਵੀ ਦੇ ਸਕਦੇ ਹੋ ਔਰ ਸੈਸ਼ਨ ਕਿਵੇਂ ਦਾ ਲਿਖਿਆ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਆ ਸੈਸ਼ਨ ਤੁਹਾਨੂੰ ਅੱਜ ਦਾ ਕਿਸ ਤਰ੍ਹਾਂ ਦਾ ਲੱਗਿਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਪੈਸ਼ਲੀ ਥੈਂਕਸ ਔਰ ਥੈਂਕਸ ਟੂ ਪ੍ਰੀਤਕੌਰ ਸੁਖ ਕਮਲਦੀਪ ਗਿਲ ਸਾਹਿਬ ਦੀਕਸ਼ਾ ਦੀਕਸ਼ਾ ਜੋਸ਼ੀ ਠੀਕ ਹੈ ਸਰ ਬਾਈ ਕਿਵੇਂ ਹੋ ਓਕੇ ਮੈਂ ਤੁਹਾਨੂੰ ਬਾਈ ਕਰਨਾ ਦੱਸ ਦਿੰਨਾ ਜਦੋਂ ਆਪਾਂ ਬੈਚ ਲੈਣਾ ਨਾ ਬਾਈ ਕਰਨਾ ਵੀ ਦੱਸ ਦਿੰਨਾ ਆ ਦੇਖੋ ਆ ਤੁਸੀਂ Google ਤੇ ਗਏ ਠੀਕ ਹੈ ਅਗਰ ਐਪ ਹੈ ਤੁਹਾਡੇ ਕੋਲ ਫਿਰ ਵੀ ਇਦਾਂ ਹੀ ਹੋਣਾ ਜਦੋਂ ਤੁਸੀਂ Google ਤੇ ਜਾਓਗੇ ਆ ਤੁਹਾਨੂੰ ਇੱਥੇ ਬੈਚ ਦੇਖ ਜਣਾ ਉਹ ਕਿੱਥੇ ਗਿਆ Google ਆ Google ਇੱਥੇ ਖੋਲਨੇ ਠੀਕ ਹੈ ਹਲੋ ਹਲੋ ਆ Google ਤੇ ਚੱਲ ਗਏ ਤੁਸੀਂ ਇਥੇ ਅਡਾ 247 ਹੈ ਜਿਹੜਾ ਅਗਰ ਤੁਸੀਂ ਲੈਪਟਾਪ ਤੋਂ ਪਰਚੇਸ ਕਰਨਾ ਹੈ ਤੁਹਾਡਾ 247 ਤੇ ਜਾ ਕੇ ਤੁਸੀਂ ਕਲਿੱਕ ਕੀਤਾ ਠੀਕ ਹੈ ਕਲਿੱਕ ਕੀਤਾ ਇੱਥੇ ਸਰਚ ਬਾਕਸ ਬਣੂਗਾ ਇਸ ਸਰਚ ਬਾਕਸ ਤੇ ਇਸ ਸਰਚ ਬਾਕਸ ਤੇ ਤੁਸੀਂ ਕੀ ਕਰਨਾ ਹੈ ਟਾਈਪ ਕਰ ਦੇਣਾ ਪੰਜਾਬ ਮੈਂ ਤੁਹਾਨੂੰ ਇੱਥੇ ਟਾਈਪ ਕਰਕੇ ਦੱਸ ਦਿੰਦਾ ਠੀਕ ਹੈ ਪੰਜਾਬ ਟਾਈਪ ਕਰਕੇ ਆਪ ਵਿਊ ਆਲ ਕਰ ਲਿਓ ਜਦੋਂ ਵਿਊ ਆਲ ਕਰੋਗੇ ਤੁਹਾਨੂੰ ਸਾਰੇ ਬੈਚ ਦਿਖਣਗੇ ਹਨਾ ਬੈਚ ਦੇਖਣਗੇ ਆ ਪੀਐਸ ਪੀਸੀਐਲ ਦਾ ਬੈਚ ਆ ਇਹ ਜੇ ਤੁਸੀਂ ਕਲਿੱਕ ਕਰੋਗੇ ਪੀਐਸਪੀਸੀਆਰ ਬੈਚ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਆ ਇੱਥੇ ਤੁਹਾਨੂੰ ਵੀਓ ਆਫਰ ਦਿਖੇਗਾ ਆ ਵੀਓ ਆਫਰ ਤੇ ਕਲਿੱਕ ਕਰ ਲਓ ਆਪਣੀ ਇੱਥੇ ਈਮੇਲ ਆਈਡੀ ਫਿਲ ਕਰ ਲਓ ਆਪਣੀ ਈਮੇਲ ਆਈਡੀ ਜਿਹੜੀ ਤੁਸੀਂ ਫਿਲ ਕਰਨੀ ਆ ਉਹਦੇ ਵਿੱਚ ਧਿਆਨ ਨਾਲ ਫਿਲ ਕਰਨੀ ਆ ਕਿ ਇਸ ਤਰ੍ਹਾਂ ਨਾ ਹੋਏ ਤੁਸੀਂ ਈਮੇਲ ਆਈਡੀ ਇੱਕ ਸੈਕਿੰਡ ਪਹਿਲਾਂ ਮੈਂ ਈਮੇਲ ਆਈਡੀ ਫਿਲ ਕਰ ਲਵਾਂ ਯਾਰ ਠੀਕ ਹੈ ਧਿਆਨ ਨਾਲ ਫਿਲ ਕਰ ਰਹੀਆਂ ਕਿਉਂਕਿ ਜਿਹੜੀ ਈਮੇਲ ਆਈਡੀ ਤੁਸੀਂ ਫਿਲ ਕਰੋਗੇ ਉਹੀ ਈਮੇਲ ਆਈਡੀ ਤੇ ਤੁਹਾਡਾ ਬੈਚ ਜਿਹੜਾ ਐਕਟੀਵੇਟ ਹੋਣਾ ਠੀਕ ਹੈ ਈਮੇਲ ਆਈਡੀ ਫਿਲ ਕਰੋਗੇ ਫਿਰ ਹੀ ਕੂਪਨ ਦੀ ਜਗ੍ ਉਨੇ ਇਥੇ coupon ਤੇ ਮੈਂ code ਲਗਾ ਦਵਾਂ ਕਿਹੜਾ ਸੀ Y354 Y354 ਇਸ code ਨੂੰ apply ਕਰ ਦਈਏ ਇਸ code ਨੂੰ apply ਕਰਤਾ apply ਕਰਨ ਤੇ 1287 ਰੁਪਏ ਦਾ ਬੈਚ ਆ ਜੀ 1287 ਰੁਪਏ ਦੇ ਵਿੱਚ 1287 ਰੁਪਏ ਦੇ ਵਿੱਚ ਤੁਸੀਂ ਤਿਆਰੀ ਆਪਣੀ ਕਰ ਸਕਦੇ ਹੋ 1287 ਰੁਪਏ ਦੇ ਵਿੱਚ ਆਪਾਂ ਦੇਖੀਏ ਬੈਚ ਦੇ ਵਿੱਚ ਕਿੰਨੇ ਘੰਟੇ ਕਲਾਸਿਸ ਆ ਠੀਕ ਹੈ 1287 ਰੁਪਏ ਦੇ ਵਿੱਚ ਕੀ ਮਿਲ ਰਿਹਾ ਤੋਂ ਜੇ ਆਪਾਂ ਦੇਖੀਏ 1287 ਰੁਪਏ ਦੇ ਵਿੱਚ ਇਹ ਆ ਸਟੱਡੀ ਪਲਾਨ ਹੈ ਆਪਣੇ ਕੋਲ ਠੀਕ ਹੈ ਆ ਸਟੱਡੀ ਪਲਾਨ ਹੈ ਜਿਹੜਾ 4 ਵਜੇ ਕਲਾਸ ਸ਼ੁਰੂ ਹੁੰਦੀ ਹੈ 4 ਤੋਂ 5 ਵਜੇ ਅਕਸ਼ਿਤਾ मैम ਦੀ ਕਲਾਸ ਹੈ ਇੰਗਲਿਸ਼ ਪੜ੍ਹਾਉਂਦੇ ਪਏ ਨੇ 5 ਤੋਂ 6 ਦੇ ਵਿੱਚ ਜਿਹੜੀ ਗਗਨਦੀਪ ਸਰ ਪੜ੍ਹਾਉਂਦੇ ਪਏ ਨੇ 6 ਤੋਂ 7 ਰਿਸ਼ੀ ਸਰ ਕਰਾਉਂਦੇ ਪਏ ਨੇ ਉਹਦੇ ਬਾਅਦ ਉਹਦੇ ਬਾਅਦ ਉਹਦੇ ਬਾਅਦ ਕਿਹਦੀ ਕਲਾਸ ਆਗੀ ਉਦੇ ਬਾਅਦ ਹਾਂ ਉਹਦੇ ਬਾਅਦ ਨਿੱਕੀ ਤਾਂ ਮੈਮ ਦੀ ਕਲਾਸ ਆ ਗਈ ਅੱਛਾ ਇੱਥੇ ਮੈਂ ਦੱਸ ਦਵਾ ਆ ਕਲਾਸ ਇੰਗਲਿਸ਼ ਦੀ ਨਹੀਂ ਆ ਆ ਕੰਪਿਊਟਰ ਦੀ ਕਲਾਸ ਆ ਠੀਕ ਹੈ ਅਛੀ ਤਾਂ ਮੈਮ ਕੰਪਿਊਟਰ ਪੜਾ ਰਹੇ ਨੇ ਉਹਦੇ ਬਾਅਦ ਜਿਹੜੇ ਨੀਤਿਕਾ ਮੈਮ ਆ ਇਹ ਤੁਹਾਨੂੰ ਇੰਗਲਿਸ਼ ਪੜਾ ਰਹੇ ਨੇ ਉਹਦੇ ਬਾਅਦ 8 ਤੋਂ 9 ਕਲਾਸ ਮੇਰੀ ਆ ਗਈ ਜਿਹਦੇ ਵਿੱਚ ਸਿੰਪਲੀਫਿਕੇਸ਼ਨ ਮਤਲਬ ਮੈਥ ਮੈਂ ਕਰਵਾ ਰਹੇ ਹਾਂ ਯਾਰ ਉਦੇ ਬਾਅਦ ਅਗਲੀ ਕਲਾਸ ਮੇਰੀ ਜਿਹਦੇ ਵਿੱਚ ਡੇਲੀ ਕਰੰਟ ਅਫੇਅਰਸ ਤੇ ਥੋੜੇ ਦਿਨ ਆਪਾਂ ਕਿਉਂਕਿ ਪੀਐਸਪੀਸੀਐਲ ਦਾ ਥੋੜਾ ਜਿਹਾ ਪੰਜਾਬ ਹੈ ਮਤਲਬ ਮੈਕਸਿਮਮ ਇਥੇ ਆਪਾਂ ਕਰੰਟ ਅਫੇਅਰਸ ਕਰਨੇ ਆ ਕਿਉਂਕਿ ਆਪਾਂ ਨੂੰ ਉਹਦਾ ਪੰਜਾਬ ਜੀਕੇ ਦੇ ਵਿੱਚੋਂ ਪੀਐਸਪੀਸੀਐਲ ਦੇ ਵਿੱਚ ਜਗਾਟਾ ਨਹੀਂ ਆ ਬਟ ਐਸਏ ਦੇ ਪੇਪਰ ਚਾਹੀਏ ਇਸ ਲਈ ਆਪਾਂ ਇੱਥੇ ਜਿਹੜੀ ਉਹ ਵੀ ਚੀਜ਼ ਜਿਹੜੀ ਕਵਰ ਕਰ ਰਹੇ ਆ ਕਲੀਅਰ ਓਕੇ ਜੀ ਬਾਏ ਬਾਏ ਮਿਲਦੇ ਆ ਕੱਲ ਸਵੇਰੇ 9 ਵਜੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ